I share for what. Anyway, so Bajwa sahab, recording ho rahi hai. Thi, we are talking about immigration. Dasso ki hai tade masle, ki hai situation, what is your question for me? अच्छा जी, असी मैं थोड़ा जिहा ना दसना वा कि मैनू थोड़ी जी ना तमहीद उर्दू दे विच, इक लफज तमहीद, तमहीद मतलब मैं तमहीद जरा बन के तो फिर गल करना वा, मतलब ये जरा डिस्क्रिप्शन जेड़ी है ना वो थोड़ी जी बैकग्राउंड बयान करके तो फिर मैं गल करना वा असल मुद्दे वाली, ठीक है जी? मैं हाँ जी, तो मैं कोशिश करांगा कि तुसी बोर ना हो। मैं बिल्कुल बोर नहीं होंदा सर जी, दसो। हाँ जी, तो असी स्टार्ट करने थोड़े बिगनिंग तो मैं तुहानू थोड़ा जिहा ना स्टार्टिंग थोड़ा जिहा दसने आ, तो उस तो बाद असी थोड़ी जी मेरी तुसी मतलब 5 to 7 मिनट तक गल सुन लोगे तो तुहानू मतलब मेरी मेरा थोड़ा जिहा केस दा मतलब थोड़ा ज्यादा अंदाजा हो जाएगा कि असल गल की है। अच्छा जी, मैं पिछले तकरीबन 9 साल तो इत्थे कुआलालंपुर दे विच एक एनवायरमेंटल कंपनी है जिहदे विच मैं ऑपरेशन एग्जैक्टिव हाँ। ते असी सेल करने आ US प्रोडक्ट ते हेल्थवे एयर प्योरीफायर्स, उत्थे तुसां वी वेखे होणे ने मतलब एयर प्योरीफायर्स ने जिहड़े मतलब इनडोर एनवायरमेंटल जिहड़ी क्वालिटी उहनूं कंट्रोल असी करने आ। मैं टेक्नीशियन भी हाँ ते नाल मैं ऑपरेशन भी हैंडल करना ते नाल मैं टीम लीडर। अच्छा जी, वो मैं पहलू सी मेरा बैकग्राउंड सी इलैक्ट्रीशियन ते वो इसे करके मेरा चलदा चलदा फिर पहलू 2 साल मैं एक कंपनी च काम किया, फिर उस तो बाद 3 साल हुण जिहड़ी मेरी रिसेंटली कंपनी है उस च मैनूं 4 साल हो गए। ਮੇਰੇ ਖਿਆਲ ਤੁਹਾਡਾ ਸ਼ੇਕ ਜਾਂ ਫੋਨ ਸ਼ੇਕ ਕਰ ਰਿਹਾ, ਕੰਪਿਊਟਰ ਸ਼ੇਕ ਕਰ ਰਿਹਾ, ਸਕਰੀਨ ਸ਼ੇਕ ਕਰ ਰਿਹਾ, ਉਹਨੂੰ ਸੈੱਟ ਕਰ ਦਿਓ ਇੱਕ ਵਾਰ ਪਲੀਜ਼। ਚਾਰ ਸਾਲ ਹੋ ਗਏ। ਅੱਛਾ, ਉਹ ਮੈਂ ਹੁਣ ਪਿਛਲੇ ਦਸੰਬਰ ਜਿਹੜਾ ਵੇ ਦਸੰਬਰ 2013 ਜਿਹੜਾ ਵੇ ਉਦੋਂ ਤੱਕ ਮੇਰਾ ਕੈਨੇਡਾ ਦੇ ਨਾਲ ਕਨੈਕਸ਼ਨ ਇੰਨਾ ਸੀ ਕਿ ਮੈਂ ਜਿਮ ਜੁਆਇਨ ਕਰ ਮਤਲਬ ਜਿਮ ਜੁਆਇਨ ਉਦੋਂ ਕੀਤੀ ਸੀ ਅਤੇ ਉੱਥੋਂ ਮਤਲਬ ਇੱਥੇ ਜਿਹੜਾ ਆਪਣਾ ਉਹਨੂੰ ਏਰੀਏ ਦਾ ਨਾਂ ਭੁੱਲ ਗਿਆ ਟੋਰੋਂਟੋ ਦਾ ਆਪਣਾ ਜਿੱਥੇ ਬੜੇ ਸਾਰੇ ਪੰਜਾਬੀ ਨੇ ਅਤੇ ਉੱਥੋਂ ਉਹ ਚੈਨਲ ਚੱਲਦਾ ਇੱਕ ਮਤਲਬ ਆਪਣਾ ਪੰਜਾਬੀ ਮੁੰਡਾ ਹੈ ਉਹ ਚਲਾਉਂਦਾ ਬ੍ਰੈਂਪਟਨ, ਬ੍ਰੈਂਪਟਨ ਤੋਂ ਇੱਕ ਚੈਨਲ ਚੱਲਦਾ ਵੇ ਮਤਲਬ ਮਾਈ ਬੋਲੀਵੁੱਡ ਬੋਡੀ ਕਰਕੇ ਉਹਦਾ ਨਾਂ ਹੈ ਅਤੇ ਉਹਨਾਂ ਨੂੰ ਮੈਂ ਫੋਲੋ ਕਰਦਾ ਹਾਂ, ਉਹ ਕੈਨੇਡਾ ਤੋਂ ਚੱਲਦਾ ਸੀ ਅਤੇ ਜਾਂ ਮਤਲਬ ਮੈਂ ਟੈਡਐਕਸ ਟੋਰੋਂਟੋ ਜਿਹੜਾ ਉਹਦੇ ਵਿੱਚ ਮਿਸਟਰ ਅਹਿਮਦ ਹੁਸੈਨ ਜਿਹੜੇ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨ ਦੇ ਮਿਨਿਸਟਰ ਨੇ ਕੈਨੇਡਾ ਦੇ ਉਹਨਾਂ ਦੀ ਗੱਲ ਸੁਣੀ ਸੀ ਬਸ, ਅਤੇ ਮੈਂ ਥੋੜ੍ਹਾ ਜਿਹਾ ਇੰਸਪਾਇਰ ਹੋਇਆ ਸਾਂ ਕਿ ਇੱਕ ਮਤਲਬ ਸੋਮਾਲੀ ਬੰਦਾ ਕੈਨੇਡਾ ਜਾਂਦਾ ਅਤੇ ਉਹ ਬਾਅਦ ਦੇ ਵਿੱਚੋਂ ਮਿਨਿਸਟਰ ਬਣ ਜਾਂਦਾ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨ ਦਾ, ਅਤੇ ਮੈਂ ਬੜਾ ਇੰਸਪਾਇਰ ਹੋਇਆ ਕਿ ਯਾਰ ਇਹ ਮਤਲਬ ਜਾਂ ਕੰਪਨੀ ਦੀ ਠੀਕ ਹੈ ਬੰਦੇ ਦੀ ਆਪਣੀ ਲੱਕ ਵੀ ਹੁੰਦੀ ਹੈ ਅਤੇ ਲੇਕਿਨ ਉਂਝ ਬੜਾ ਸਾਰਾ ਮਨਸਰ ਜਿਹੜਾ ਇਨਵਾਇਰਮੈਂਟ 'ਤੇ ਵੀ ਹੁੰਦਾ ਕਿ ਬੰਦੇ ਨੂੰ ਜਿੰਨਾ ਤੀਕਰ ਉਹਨਾਂ ਇਨਵਾਇਰਮੈਂਟ ਨਹੀਂ ਮਿਲੇਗਾ ਉਹ ਖਿਲਾੜੀ ਖੇਡ ਨਹੀਂ ਸਕੇਗਾ। ਉਸ ਤੋਂ ਬਾਅਦ ਇੱਕ ਵਾਰੀ ਮੈਂ ਥੋੜ੍ਹੀ ਜਿਹੀ ਗੱਲਬਾਤ ਸੁਣੀ ਸੀ ਮਿਸਟਰ ਜਗਮੀਤ ਸਿੰਘ ਜਿਹੜੇ ਮਤਲਬ ਡੈਮੋਕ੍ਰੇਟ ਪਾਰਟੀ ਦੇ ਨੇ, ਇਹ ਮੈਂ ਬੜਾ ਇੰਸਪਾਇਰ ਸਾ, ਮੇਰਾ ਇੰਨਾ ਕੁ 2017 ਦਸੰਬਰ ਤੱਕ ਇੰਨਾ ਕੁ ਕੈਨੇਡਾ ਦੇ ਨਾਲ ਤਲਕ ਸੀ। ਅੱਛਾ, ਮੇਰਾ ਇੱਥੇ ਬਿਲਕੁਲ ਠੀਕ ਚੱਲਦਾ ਸੀ ਪਿਆ ਅਤੇ ਮੈਨੂੰ ਖੁਆਇਸ਼ ਆਈ ਕਿ ਮੇਰਾ ਸ਼ੁਰੂ ਤੋਂ ਸੀ ਕਿ ਮੈਂ ਆਪਣਾ ਥੋੜ੍ਹਾ ਜਿਹਾ ਕੰਮ ਕਰਨਾ ਅਤੇ ਲਿਹਾਜ਼ਾ ਮੈਂ ਕੰਪਨੀ ਨੂੰ ਰਿਜ਼ਾਈਨ ਕਰਾਂਗਾ ਅਤੇ ਮੈਂ ਹੁਣ ਆਪਣਾ ਕੰਮ ਕਰਨਾ ਕਿਉਂਕਿ ਮੈਂ ਉਹੀ ਕੰਮ ਕਰ ਰਿਹਾ ਵਾਂ ਜਿਹੜਾ ਕਿ ਮਤਲਬ ਕੈਨੇਡਾ ਜਿਹਨੂੰ ਰੈੱਡ ਸੀਲ ਆਉਂਦੇ ਨੇ ਉਹ ਰੈੱਡ ਸੀਲ ਕੰਮ ਕਰ ਰਿਹਾ ਅਤੇ ਮੈਂ ਸਲਾਹ ਬਣੀ ਕਿ ਮੈਂ ਛੱਡ ਜਾਂਗਾ ਕੰਪਨੀ 'ਚ, ਲਿਹਾਜ਼ਾ ਮੈਂ ਥੋੜ੍ਹਾ ਕਰਾਂ ਜ਼ਿਆਦਾ ਕਰਾਂ, ਮੈਂ ਆਪਣਾ ਕੰਪਨੀ ਇੱਕ ਸਟਾਰਟ ਕਰਨਾ ਛੋਟਾ ਜਿਹਾ ਸੈਟਅਪ। ਅੱਛਾ, ਉਹ ਮੈਂ ਹੋਮਵਰਕ ਆਪਣਾ ਕੰਪਨੀ ਤੋਂ ਮੈਂ ਰਿਜ਼ਾਈਨ ਨਹੀਂ ਕੀਤਾ ਲੇਕਿਨ ਮੈਂ
ਹੋਮਵਰਕ ਆਪਣਾ ਸਟਾਰਟ ਕੀਤਾ ਕਿ ਜਿਹੜਾ ਮੇਰੇ ਕੋਲ ਨਾਰਮਲ ਕਾਰ ਦਾ ਵੇ ਲਾਇਸੈਂਸ, ਮੈਨੂੰ ਪਹਿਲੇ ਨੰਬਰ ਤੇ ਆਪਣੀ ਕੰਪਨੀ ਰਨ ਕਰਨ ਵਾਸਤੇ ਇੱਕ ਵੈਨ ਚਾਹੀਦੀ ਹੈ ਜਿਹਦੇ 'ਚ ਮੈਂ ਸਾਮਾਨ ਆਪਣਾ ਪੂਰਾ ਜਿਹੜਾ ਹੈ ਉਹ ਲੈ ਕੇ ਤੇ ਮੋਬਿਲਾਈਜ਼ ਕਰਾਂ। ਅੱਛਾ ਜੀ, ਉਹ ਮਲੇਸ਼ੀਆ ਚ ਰੂਲ ਏ ਵੇ ਕਿ ਜੇ ਤੁਸਾਂ ਵੈਨ ਚਲਾਣੀ ਹੈ ਟਿਓਟਾ ਹਾਈਐਕਸ ਤੇ ਉਹਦੇ ਵਾਸਤੇ ਉਹ ਹੀ ਲਾਇਸੈਂਸ ਲੱਗੇਗਾ GDL ਵੱਡਾ, ਜਿਹਨੂੰ ਹੈਵੀ ਲਾਇਸੈਂਸ ਵੀ ਆਉਂਦੇ ਨੇ, ਜਿਹੜਾ ਕਿ ਉਹ ਟਰਾਲਾ ਡਰਾਈਵਰ ਵਾਲਾ ਹੁੰਦਾ ਹੈ। ਵੈਨ ਵਾਲੇ ਬੰਦੇ ਨੂੰ ਵੀ ਉਹੀ ਚਾਹੀਦਾ। ਅੱਛਾ, ਉਹ ਮੈਂ ਅਪਲਾਈ ਕਰਨ ਗਿਆ ਆਪਣਾ ਕਾਰ ਦਾ, ਐਸੇ ਮੈਂ ਅਪਲਾਈ ਕੀਤਾ, ਉਹਨੇ ਕਿਹਾ ਜੀ ਸੌਰੀ ਫੋਰਨਰ ਆਰ ਨਾਟ ਅਲਾਊਡ, ਫੋਰਨਰ ਜਿਹੜੇ ਨੇ ਉਹ GDL ਨਹੀਂ ਬਣਾ ਸਕਦੇ, ਮਲੇਸ਼ੀਆ ਦਾ ਰੂਲ ਹੈ ਤੇ ਤੁਸੀਂ ਲਿਹਾਜ਼ਾ ਲਾਇਸੈਂਸ ਨਹੀਂ ਬਣਨਾ, ਤੁਹਾਡੀ ਕਾਰ ਚਲਾ ਸਕਦੇ ਹੋ, ਮੋਟਰਸਾਈਕਲ ਚਲਾ ਸਕਦੇ ਹੋ, ਲੇਕਿਨ ਵੱਡਾ ਹੈਵੀ ਲਾਇਸੈਂਸ ਮਲੇਸ਼ੀਆ ਅਲਾਉ ਨਹੀਂ ਕਰਦਾ ਫੋਰਨਰ ਜੀ। ਓਕੇ, ਮੇਰਾ ਦਿਲ ਥੋੜਾ ਜਿਹਾ ਨਾ ਟੁੱਟ ਗਿਆ, ਤੇ ਮਤਲਬ ਮੈਨੂੰ ਜਿਵੇਂ ਆ ਕਿਦਾ ਨਾ ਕਿ ਦਿਲੋਂ ਥੋੜੀ ਜਿਹੀ ਤਕਲੀਫ ਹੋਏਗੀ ਯਾਰ, ਮੈਂ ਇੰਨੇ ਸਾਲ, ਖੈਰ ਮੈਨੂੰ ਅੰਦਾਜ਼ਾ ਹੈ ਸੀ ਕਿ ਨਹੀਂ ਬਣਦਾ, ਮੈਂ ਇਹ ਨਹੀਂ ਮੈਨੂੰ ਪਹਿਲੂ ਪਤਾ ਨਹੀਂ ਸੀ, ਪਤਾ ਹੈ ਸੀ ਲੇਕਿਨ ਮੇਰਾ ਸ਼ੱਕ ਸੀ ਕਿ ਮੈਂ ਜਦੋਂ ਤੱਕ ਆਪ ਉਹਨਾਂ ਦੇ ਮੂੰਹ ਜਿਹੜੇ ਮਤਲਬ ਹੈ ਟ੍ਰੈਫਿਕ ਵਾਲੇ ਨੇ ਉਹਨਾਂ ਕੋਲੋਂ ਸੁਣ ਨਾ ਲਾਂ, ਉਹਨਾਂ ਤੀਕਰ ਮੈਨੂੰ ਨਹੀਂ ਪਤਾ ਲੱਗੇਗਾ ਸਹੀ ਜਾਂ ਮੈਂ ਸੈਟਿਸਫਾਈ ਨਹੀਂ ਹੋਵਾਂਗਾ। ਮੇਰਾ ਖਿਆਲ ਹੈ ਕਿ ਤੁਸੀਂ ਬੋਰ ਨਹੀਂ ਹੋ ਰਹੇ। ਨਹੀਂ ਮੈਂ ਬੋਰ ਨਹੀਂ ਹੋ ਰਹਾ। ਮੈਂ ਇਮੀਗ੍ਰੇਸ਼ਨ ਮਸਲੇ ਤੇ ਆ ਰਿਹਾ। ਮੈਂ ਸੁਣ ਰਿਹਾ ਤੁਹਾਡੀ ਗੱਲ। ਮੈਂ ਇਮੀਗ੍ਰੇਸ਼ਨ ਮਸਲੇ ਤੇ ਪਹੁੰਚ। ਹਾਂਜੀ, ਮੈਂ ਅਸਲ ਤੁਹਾਨੂੰ ਦੱਸਿਆ ਨਾ ਥੋੜੀ ਜੀ ਮੈਂ ਡਿਸਕ੍ਰਿਪਸ਼ਨ ਬਿਆਨ ਕਰਕੇ ਤੇ ਫਿਰ ਅਸਲ ਮੁੱਦਿਆਂ ਲਓ। ਓਕੇ ਠੀਕ ਹੈ। ਅੱਛਾ, ਉਹ ਸਾਰਾ ਜਨਾਬ ਕਰਕੇ ਮੈਂ ਲਾਇਸੈਂਸ ਖੈਰ ਨਾ ਬਣਿਆ, ਉਸ ਤੋਂ ਬਾਅਦ ਥੋੜਾ ਜਿਹਾ ਮੈਂ ਦਿਲ ਬਰਦਾਸ਼ਤ ਜਿਹਾ ਹੋਇਆ ਸਾਂ ਕਿ ਉਹਨਾਂ ਹੀ ਦਿਨਾਂ 'ਚ ਕੋ ਇੰਸੀਡੈਂਸਲੀ ਇੱਕ ਦੂਸਰੀ ਕੰਪਨੀ ਦੇ ਵਿੱਚ ਇੱਕ ਸਾਡਾ ਐਕਸ ਮੈਨੇਜਰ ਸੀ, ਉਹ ਦੂਸਰੀ ਕੰਪਨੀ 'ਚ ਗਿਆ ਤੇ ਉਹਨੇ ਜਾ ਕੇ ਮੈਨੂੰ ਇਨਵਾਈਟ ਕੀਤਾ ਕਿ ਆਪਣੇ ਜਿਹੜੇ ਮਤਲਬ ਫਾਰਮੈਲਿਟੀ ਵਾਸਤੇ ਜਿਹੜੇ ਪੇਪਰਸ ਨੇ ਉਹ ਲੈ ਕੇ ਤੇ ਤੂੰ ਐ ਦੂਸਰੀ ਮੇਰੇ ਵਾਲੀ ਕੰਪਨੀ 'ਚ ਆ ਜਾ, ਇੱਥੇ ਕਰਨੇ ਆ ਜਿਵੇਂ ਪਹਿਲਾਂ ਕੋਲੀਗਸ ਆ ਇੱਥੇ। ਅੱਛਾ, ਉਹ ਮੈਂ ਇੱਕ ਦਿਨ ਐਵੇਂ ਗਿਆ ਉਹਦੇ ਕੋਲ, ਮੈਂ ਕਿਹਾ ਹਾਂਜੀ ਜੁਆਇਨ ਕਰਨਾ ਕੀ ਚਾਹੀਦਾ, ਉਹਨੇ ਕਿਹਾ ਆਪਣੀ ਉਹ ਆਕੂਪੇਸ਼ਨ ਮਤਲਬ ਲਿਹਾਜ਼ ਨਾਲ ਜਿਹੜਾ ਐਕਸਪੀਰੀਅੰਸ ਤੁਹਾਡੇ ਕੋਲ ਲੈਟਰਸ ਨੇ, ਜੋ ਤਜਰਬੇ ਵਾਲੇ ਲੈਟਰ ਨੇ, ਜੋ ਪੜ੍ਹਾਈ ਉਹ ਡਿਪਲੋਮਾ ਆਪਣਾ ਉਹ ਇਲੈਕਟ੍ਰੀਸ਼ੀਅਨ ਵਾਲਾ ਫਲਾਂ ਢਮਕਾਣ ਸਾਰਾ ਲੈ ਕੇ ਆ ਜੀ। ਉਧਰ ਮੈਨੂੰ ਸਹੀ ਪਹਿਲੇ ਦਿਨ ਇਨਕਸ਼ਾਫ ਹੋਇਆ ਕਿ ਮੇਰੇ ਕੋਲ ਤੇ ਮਤਲਬ ਆਪਣੀ ਓਕੂਪੇਸ਼ਨ ਦੇ ਲਿਹਾਜ਼ ਦੇ ਨਾਲ ਕੰਮ ਮੈਂ ਰੈੱਡ ਸੀ ਲੋ ਜਰਨੀਮੈਨ ਵਾਲਾ ਕਰਨਾ, ਲੇਕਿਨ ਮੇਰੇ ਕੋਲ ਆਪਣੀ ਓਕੂਪੇਸ਼ਨ ਦੇ ਮੁਤਾਬਕ ਨਾ ਕੋਈ ਸਰਟੀਫਿਕੇਟ ਹੈ, ਨਾ ਕੋਈ ਡਿਗਰੀ ਹੈ, ਨਾ ਕੋਈ ਡਿਪਲੋਮਾ ਹੈ, ਤੇ ਮੈਂ ਪਿਛਲੇ ਜਿੰਨੇ ਕੰਮ ਕੀਤੇ ਨੇ ਰੈਫਰੈਂਸ ਦੀ ਬਿਨਾ ਤੇ ਕੀਤੇ ਨੇ ਕਿ ਇੱਕ ਕੰਪਨੀ 'ਚ ਦੂਸਰੀ 'ਚ, ਦੂਸਰੀ 'ਚ ਰੈਫਰੈਂਸ, ਹਾਂ ਬੰਦਾ ਠੀਕ ਹੀ ਯਾਰ ਕੰਮ ਸਹੀ ਹੈ ਐਸੇ ਵੈਸੇ ਆ ਜਾਓ ਜੀ। ਅੱਛਾ, ਇੰਜ ਚੱਲਦਾ ਰਿਹਾ। ਅੱਛਾ ਜੀ, ਮੈਂ ਫਿਰ ਸਲੋਲੀ ਇਹ ਸਾਰੇ ਪਹਿਲੂ, ਮੇਰਾ ਲਾਇਸੈਂਸ ਨਹੀਂ ਬਣਿਆ, ਫਿਰ ਮੈਨੂੰ ਇੱਥੇ ਇਨਕਸ਼ਾਫ ਹੋਇਆ ਕਿ ਮੇਰੇ ਕੋਲ ਤੇ ਆਪਣੇ ਆਕੂਪੇਸ਼ਨ ਨਾਲ ਰਿਲੇਟਡ ਕੋਈ ਡਿਗਰੀ ਡਿਪਲੋਮਾ ਕੋਈ ਕਾਗਜ਼ ਪੱਤਰ ਨਹੀਂ ਹੈ। ਅੱਛਾ, ਉਹ ਇਹ ਸਾਰੇ ਕੋਇਨਸੀਡੈਂਸ ਹੁੰਦੇ ਰਹੇ, ਮੇਰੇ ਦਿਲ ਵਿੱਚ ਆਇਆ ਕਿ ਹੁਣ ਮੈਂ ਆਪਣਾ ਉਹ ਇਲੈਕਟ੍ਰੀਸ਼ਨ ਦਾ ਜਿਹੜਾ ਵੇ ਕੋਰਸ ਉਹ ਕਰਾਂਗਾ, ਆਪਣਾ ਡਿਪਲੋਮਾ ਲਾਂਗਾ। ਉਹਨਾਂ ਹੀ ਦਿਨਾਂ 'ਚ ਕੋ ਇੰਸੀਡੈਂਟ, ਇਹ ਕੋਈ ਫਿਲਮੀ ਸਟੋਰੀ ਨਹੀਂ ਹੋਏਗੀ ਜਨਾਬ, ਇਹਨੂੰ ਫਿਲਮੀ ਸਟੋਰੀ ਨਾ ਸੁਣਿਓ, ਕੋ ਇੰਸੀਡੈਂਟਸ ਕਿ ਉਹਨਾਂ ਦਿਨਾਂ 'ਚ ਹੀ ਸਟਾਰ ਐਜੂਕੇਸ਼ਨ ਫੇਅਰ ਇੱਕ ਲੱਗਾ ਕੁਆਲਾਲੰਪੁਰ ਦੇ ਵਿੱਚ, ਉਹ ਸਟਾਰ ਐਜੂਕੇਸ਼ਨ ਫੇਅਰ ਲੱਗਾ ਤੇ ਮੈਂ ਉਹਦੇ ਵਿੱਚ ਚਲਾ ਗਿਆ ਪੁੱਛਣ ਵਾਸਤੇ ਕਿ ਮੈਂ ਯਾਰ ਉਹ ਆਪਣਾ ਇਲੈਕਟ੍ਰੀਸ਼ਨ ਦਾ ਜਿਹੜਾ ਡਿਪਲੋਮਾ ਹੈ ਜਾਂ ਕੋਈ ਸਰਟੀਫਿਕੇਟ ਉਹ ਹਾਸਲ ਕਰਨਾ ਹੋਵੇ ਤੇ ਕਿਹੜੇ ਕਿਹੜੇ ਆਫਰ ਕਾਲਜ ਕਰ ਰਹੇ। ਉੱਥੇ ਹੁਣ ਮੈਂ ਫਿਰਨਾ ਪਿਆ ਤੇ ਸਾਰੇ ਮਲੇਸ਼ੀਅਨ ਕਾਲਜ ਜੇ ਉਹ ਇੱਧਰ ਉੱਧਰ ਦੇ ਸਾਰੇ, ਮੈਂ ਇੱਕ ਬੂਥ ਤੇ ਗਿਆ ਤੇ ਉਹਨਾਂ ਲਿਖਿਆ ਵੈਨਕੂਵਰ ਆਈਲੈਂਡ ਯੂਨੀਵਰਸਿਟੀ। ਅੱਛਾ, ਉਹ ਸਟਾਰ ਐਜੂਕੇਸ਼ਨ ਫੇਅਰ ਦੇ ਵਿੱਚ ਅਗਸਤ ਦੇ ਵਿੱਚ ਹੋਇਆ, ਮੈਂ ਉਹਨਾਂ ਦੇ ਅਕਿਊਜ਼ ਦੇ ਉੱਤੇ ਖਲੋ ਗਿਆ, ਮੈਂ ਕਿਹਾ ਜੀ ਤੁਸੀਂ ਕੀ ਮਤਲਬ ਆਫਰ ਕਰਦੇ ਹੋ, ਤੇ ਉਹਨਾਂ ਮੈਨੂੰ ਆਪਣਾ ਉਹ ਬਰੋਸ਼ਰ ਜੇ ਦਿੱਤੇ ਜੇ ਉਹ ਸਾਰੇ, ਮੈਂ ਉਹ ਚੈ ਵੇਖੇ, ਮੈਂ ਕਿਹਾ ਆਂਦਨੇ ਇਹ ਤੁਹਾਡੇ ਕੋਲ ਸੈਕੰਡਰੀ ਸਕੂਲ ਦੀ ਐਜੂਕੇਸ਼ਨ ਦੀ ਮਤਲਬ ਹੈ ਵੇ, ਮੈਂ ਉੱਥੇ ਹੀ ਉਹਨਾਂ ਦੀ ਪ੍ਰੋਸਪੈਕਟਸ ਜੀ ਖੋਲੀ, ਮੈਂ ਇਲੈਕਟ੍ਰੀਸ਼ਨ ਦਾ ਇੱਕ ਖੋਲਿਆ ਤੇ ਮੈਂ ਕਿਹਾ ਇਹ ਕੋਰਸ ਆਫਰ ਕਰਦਾ ਤੁਹਾਡਾ ਕਾਲਜ, ਉਹ ਜਿਹੜੀ ਰਿਕਰੂਟਮੈਂਟ ਸੀ ਉਹ ਸ਼ਾਇਦ ਇਰਾਨੀ ਸੀ, ਲੜਕੀ ਸੀ ਫੀਮੇਲ ਸੀ ਉਹ ਇਰਾਨੀ ਸੀ, ਉਹ ਉਸ ਵੈਨਕੂਵਰ ਆਈਲੈਂਡ ਯੂਨੀਵਰਸਿਟੀ ਵਾਸਤੇ ਰਿਕਰੂਟਮੈਂਟ ਕਰਦੀ। ਉਹਨੇ ਮੈਨੂੰ ਉਹ ਖੋਲ ਕੇ ਟੈਬ ਦੇ ਉੱਤੇ ਉਸੇ ਟਾਈਮ ਆਇਆ, ਉਹਨੇ ਕਿਹਾ ਕਿ ਇਹ ਜਿਹੜਾ ਵੇ ਇਹ ਡਿਪਲੋਮਾ ਜਿਹੜਾ ਹੈ ਇਹ ਆਊਟਸਾਈਡਰ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਇਹਨਾਂ ਨੂੰ ਅਲਾਉ ਨਹੀਂ ਕਰਦੇ, ਤੂੰ ਬਿਜ਼ਨਸ ਲੈ ਲੈ ਉਹਦੇ ਉੱਤੇ ਆ ਜਾ।
ਉਹ ਇੰਜ ਕਰਕੇ ਗੱਲ ਹੋਈ ਤੇ ਮੈਂ ਕਿਹਾ ਵਾਈ ਨਾਟ ਕੈਨੇਡਾ, ਪੜ੍ਹਿਆ ਕਿਉਂ ਨਾ, ਉੱਥੇ ਪੜ੍ਹਿਆ ਜਾਏਗਾ ਯਾਰ, ਜੇ ਇੱਥੇ ਮੈਂ ਪੜ੍ਹ ਸਕਦਾ। ਅੱਛਾ ਉਦਣ ਮੈਨੂੰ ਦੂਸਰਾ ਇਨਕਸ਼ਾਫ ਹੋਇਆ ਕਿ ਮੇਰੇ ਕੋਲ ਹਾਇਰ ਸੈਕੰਡਰੀ ਸਕੂਲ ਦੀ ਸਨਦ ਵੀ ਨਹੀਂ ਹੈ। ਮੈਂ ਤੇ ਮੈਟ੍ਰਿਕ 10ਵੀਂ ਪਾਸ ਕੀਤੀ ਸੀ, ਉਸ ਤੋਂ ਬਾਅਦ ਮੈਂ ਫਸਟ ਈਅਰ ਕੀਤੀ, ਸੈਕੰਡ ਈਅਰ ਕੀਤੀ, ਤੇ ਮੈਥ ਦੇ ਵਿੱਚੋਂ ਮੈਂ ਫੇਲ ਹੋ ਗਿਆ ਸਾਂ, ਤੇ ਮੈਂ ਤੇ ਬਾਅਦ ਚ ਕਾਲਜ ਹੀ ਨਹੀਂ ਗਿਆ। ਮਤਲਬ ਇਹ ਸਾਰੇ ਇਨਕਸ਼ਾਫ, ਇਹ ਨਹੀਂ ਕਿ ਮੈਨੂੰ ਪਤਾ ਨਹੀਂ ਸੀ ਕਿ ਫੇਲ ਆ ਕੇ ਕੁਝ ਹੈ ਨਹੀਂ, ਲੇਕਿਨ ਮੈਨੂੰ ਸਾਰੇ ਉਹ ਜਿਹਨੇ ਆਖੀਦਾ ਹਕੀਕਤਾਂ ਖੁੱਲੀਆਂ ਕਿ ਮੈਂ ਇਹਨਾਂ ਸਟੈਂਡਰਡਾਂ ਦੇ ਉੱਤੇ ਪੂਰਾ ਹੀ ਨਹੀਂ ਆਉਂਦਾ। ਠੀਕ ਹੈ ਜੀ। ਅੱਛਾ ਉੱਥੋਂ ਮੇਰਾ ਥੋੜ੍ਹਾ ਜਿਹਾ ਇੰਟਰਸਟ ਹੁਣ ਪੈਦਾ ਹੋ ਗਿਆ ਜੀ ਕੈਨੇਡਾ ਦੇ ਵਿੱਚ। ਮੈਂ ਉਹਨ ਮਤਲਬ ਵੀਡੀਓਜ਼ ਖੋਲਣੀਆਂ ਸ਼ੁਰੂ ਕੀਤੀਆਂ, ਮੈਂ ਤੁਹਾਡੀਆਂ ਵੀਡੀਓਜ਼ ਵੀ ਵੇਖਣੀਆਂ ਸ਼ੁਰੂ ਕੀਤੀਆਂ। ਦੂਸਰੇ ਨੰਬਰ ਤੇ ਇਹ ਜਿਹੜੇ ਆਪਣੇ ਪੰਜਾਬੀ ਮੁੰਡੇ ਸਾਰੇ ਜਿਹੜੇ ਸਟੂਡੈਂਟ ਜਾਂਦੇ ਨੇ ਉੱਥੇ ਕੈਨੇਡਾ ਦੇ ਵਿੱਚ, ਇਹ ਦੂਸਰਾ ਕੰਮ ਬਾਅਦ ਚੋਂ ਕਰਦੇ ਨੇ, ਚੈਨਲ ਆਪਣਾ ਪੰਜਾਬੀ ਮਤਲਬ ਪਹਿਲਾਂ ਬਣਾਉਂਦੇ ਨੇ ਯੂਟਿਊਬ ਵਾਲਾ। ਇਹਨੇ ਕੁ ਮੁੰਡੇ ਟੁਰ ਗਏ ਨੇ ਤੇ ਇੰਨੇ ਕੁ ਯੂਟਿਊਬ ਚੈਨਲ ਬਣ ਗਏ ਨੇ। ਕਿਉਂ ਮੇਰੇ ਕੋਲ ਵੀ, ਕਿਉਂਕਿ ਅੱਜ ਕੱਲ੍ਹ AI ਆਰਟੀਫਿਸ਼ਲ ਇੰਟੈਲੀਜੈਂਸ ਇਹ ਇੰਟਰਨੈਟ ਯੂਜ਼ ਕਰਦਾ ਕਿ ਜਿਹਦੇ ਵਿੱਚ ਤੁਸੀਂ ਇੰਟਰਸਟ ਰੱਖਦੇ ਹੋ ਉਹ ਕੰਟੈਂਟ ਜਿਹੜੇ ਨੇ ਉਹ ਤੁਹਾਡੇ ਅੱਗੇ ਲਿਆ ਕੇ ਰੱਖ ਦੇਣਾ। ਉਹ ਮੈਂ ਜਦੋਂ ਇਹ ਸਰਚ ਮਾਰਨੀ ਸ਼ੁਰੂ ਕੀਤੀ, ਤੁਹਾਡੀ ਵੀਡੀਓਜ਼ ਵੀ ਆਈਆਂ ਮੇਰੇ ਅੱਗੇ, ਉਹ ਇੱਕ ਹੋਰ ਮੁੰਡੇ ਆਪਣੇ ਜਿੰਨੇ ਵੀ ਪੰਜਾਬੀ ਗਏ ਨੇ, ਹਰ ਬੰਦੇ ਨੇ ਤੇ ਯੂਟਿਊਬ ਚੈਨਲ ਬਣਾਏ, ਉਹ ਸਾਰੇ ਹੀ ਆਏ, ਮੈਂ ਵੇਖਣੇ ਸ਼ੁਰੂ ਕਰ ਦਿੱਤੇ। ਤੇ ਦੂਸਰੀ ਗੱਲ ਇਹ ਵੇ, ਅੱਜ ਕੱਲ੍ਹ ਸਾਡੇ ਕੋਲ ਡਾਟਾ ਹੈ ਬੇਸ਼ੁਮਾਰ, 30-30 GB, 40-40 GB ਡਾਟਾ ਹੈ। ਹੁਣ ਉਹਨੂੰ ਖਤਮ ਕਿੱਥੇ ਕਰਨਾ, ਹੁਣ ਖਤਮ ਇੱਥੇ ਹੀ ਹੋਣਾ ਹੈ ਨਾ। YouTube ਤੇ ਖਤਮ ਹੋਣਾ ਹੈ ਉਹ। ਹਾਂਜੀ, ਉਹ ਇੰਨਾ ਇੰਨਾ ਡਾਟਾ ਜਿਹੜਾ ਵੇ ਉਹ ਖਤਮ ਕਿੱਥੇ ਹੋਣਾ ਵੇ, ਉਹ ਇੰਨੇ ਇੰਨੇ ਪੈਕੇਜ ਆ। ਅੱਛਾ ਜੀ, ਉਹ ਮੈਂ ਵੇਖਣੇ ਸ਼ੁਰੂ ਕੀਤੇ, ਮੇਰਾ ਇੰਟਰਸਟ ਸ਼ੁਰੂ ਹੋਇਆ। ਉੱਥੋਂ ਮੈਨੂੰ ਦੂਸਰਾ ਇਨਕਸ਼ਾਫ ਹੋਇਆ ਕਿ ਇੱਕ LMIA ਨਾਂ ਦੀ ਇੱਕ ਚੀਜ਼ ਹੈ, ਉਹ ਵਰਕ ਪਰਮਿਟ ਹੁੰਦਾ ਵੇ ਉੱਥੇ, ਮਤਲਬ ਜਾਈਏ ਤੇ ਉਹ ਮਤਲਬ ਆਫਰ ਕਰਦੀ ਹੈ ਕੈਨੇਡੀਅਨ ਗਵਰਨਮੈਂਟ। ਥੋੜ੍ਹੇ ਥੋੜ੍ਹੇ ਤੁਹਾਡੀਆਂ ਵੀਡੀਓਜ਼ ਵੇਖਣੀਆਂ ਸ਼ੁਰੂ ਕੀਤੀਆਂ, ਮੈਨੂੰ ਫਿਰ ਇਲਮ ਹੋਇਆ ਕਿ LMIA ਜਿਹੜਾ ਵੇ ਉਹ ਹੁੰਦਾ ਕਿ ਜਦੋਂ ਉਹਨਾਂ ਨੂੰ ਕੰਪਨੀਆਂ ਨੂੰ ਵਰਕਰ ਉੱਥੇ ਨਹੀਂ ਲੱਭਦਾ ਕੋਈ ਵੀ ਲੇਬਰ ਮਾਰਕੀਟ ਜਿਹੜੀ ਲੋਕਲ ਹੈ ਡੋਮੈਸਟਿਕ ਦੇ ਵਿੱਚ, ਫਿਰ ਉਹ ਇੰਟਰਨੈਸ਼ਨਲੀ ਅਪਲਾਈ ਹੁੰਦਾ ਕਿਸੇ ਬੰਦੇ ਦੇ ਉੱਤੇ। ਅੱਛਾ ਜੀ, ਇਹ ਪਤਾ ਲੱਗਾ। ਦੂਸਰੇ ਨੰਬਰ ਤੇ ਪਤਾ ਲੱਗਾ ਕਿ ਜਦੋਂ ਇਹ ਸਾਰਾ ਕੁਝ ਹੋ ਵੀ ਜਾਵੇ ਉਦੋਂ ਜਿੰਨਾ ਤੀਕਰ ਤੁਸੀਂ 12ਵੀਂ ਨਹੀਂ ਕੀਤੀ ਹੁੰਦੀ ਤੁਸੀਂ PR ਵੀ ਨਹੀਂ ਹੋ ਸਕਦੇ। ਅੱਛਾ, ਇਹ ਇਨਕਸ਼ਾਫ ਹੋਇਆ ਜੀ। ਦੂਸਰੇ ਨੰਬਰ ਤੇ ਫਿਰ ਇਹ ਸਾਰੀਆਂ ਚੀਜ਼ਾਂ ਖੁੱਲਦੀਆਂ, ਮੈਂ ਫਿਰ ਜੋਬ ਸਰਚਿੰਗ ਵਾਲੀ ਸਾਈਟ ਡਾਊਨਲੋਡ ਕੀਤੀ ਕੈਨੇਡਾ ਦੀ, ਇੰਡੀਡ ਇੰਡੀਡ ਕੈਨੇਡਾ ਮੈਂ ਮਤਲਬ ਡਾਊਨਲੋਡ ਕੀਤੀ। ਲਿੰਕਡਇਨ ਤੇ ਵੀ ਮੈਂ ਥੋੜ੍ਹਾ ਜਿਹਾ ਚੈੱਕ ਕੀਤਾ, ਉਹ ਇੰਜ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੈਂ ਚੈੱਕ ਕਰਨੀਆਂ ਸ਼ੁਰੂ ਕੀਤੀਆਂ। ਤੇ ਮੈਨੂੰ ਪਤਾ ਲੱਗਾ ਕਿ ਇੱਕ ਮਤਲਬ ਜਿਹੜਾ ਇਲੈਕਟ੍ਰੀਸ਼ਨ ਨੇ ਜਾਂ ਇਲੈਕਟ੍ਰੀਕਲ ਟੈਕਨੀਸ਼ੀਅਨ ਨੇ ਜਾਂ ਇਲੈਕਟ੍ਰੋ ਮਕੈਨੀਕਲ ਹੈ, ਉਹਦੀ ਰਿਕੁਆਇਰਮੈਂਟ ਕੀ ਹੈ, ਕੰਪਨੀ ਕੀ ਮੰਗਦੀ ਹੈ ਉਹਦੇ ਵਿੱਚ, ਕਿ ਸਾਨੂੰ ਕਿਸ ਤਰ੍ਹਾਂ ਦਾ ਬੰਦਾ ਚਾਹੀਦਾ, ਉਹ ਮੈਂ ਚੈੱਕ ਕੀਤਾ। ਕਿਸੇ ਨੇ ਲਿਖਿਆ 309A ਸਰਟੀਫਾਈਡ ਇਲੈਕਟ੍ਰੀਸ਼ਨ ਸਾਡੇ ਨਾਲ ਰਾਬਤਾ ਕਰੇ ਜੀ, ਜਰਨੀਮੈਨ। ਠੀਕ ਹੈ ਜੀ। ਕਿਸੇ ਨੇ ਹੁਣ ਲਿਖਿਆ ਜੀ 442A ਰੈੱਡ ਸੀਲ ਇਲੈਕਟ੍ਰੀਸ਼ਨ। ਠੀਕ ਹੈ ਜੀ। ਹੁਣ ਇਹ ਮੈਂ ਸਾਰਿਆਂ ਦਾ ਸਰਚ ਕੀਤਾ, ਉਹ ਰੈੱਡ ਸੀਲ ਕੀ ਹੈ, 442A ਇਲੈਕਟ੍ਰੀਸ਼ਨ ਕਿਉਂ ਹੋਣਾ ਹੈ, 309A ਇਲੈਕਟ੍ਰੀਸ਼ਨ ਕੌਣ ਹੈ, ਤੇ ਪਤਾ ਲੱਗਾ ਕਿ ਇਹਦੇ ਪਿੱਛੇ ਅਪ੍ਰੈਂਟਿਸਸ਼ਿਪ ਹੁੰਦੀ ਹੈ। ਅਪ੍ਰੈਂਟਿਸਸ਼ਿਪ ਦੇ ਪਿੱਛੇ ਉਹ ਡਿਗਰੀ ਡਿਪਲੋਮਾ ਹੁੰਦਾ ਵੇ, ਉਸ ਤੋਂ ਬਾਅਦ ਅਪ੍ਰੈਂਟਿਸਸ਼ਿਪ ਹੁੰਦੀ ਹੈ, ਅਪ੍ਰੈਂਟਿਸਸ਼ਿਪ ਤੋਂ ਬਾਅਦ 309A ਡਿਪਲੋਮਾ, ਮਤਲਬ ਉਹ ਜਰਨੀਮੈਨ ਜਿਹੜਾ ਵੇ ਜਾਂ 442A, ਇਹ ਜਿਹੜੇ ਰੈੱਡ ਸੀਲ ਤੇ ਫਿਰ ਇੰਜ ਦਾ ਸਫ਼ਰ ਸ਼ੁਰੂ ਹੁੰਦਾ ਹੈ। ਇਹ ਸਟੈਪ ਬਾਈ ਸਟੈਪ ਹੁੰਦਾ ਹੈ, ਯਕਦਮ ਤੁਸੀਂ ਮਤਲਬ ਉਹ ਜਰਨੀਮੈਨ ਤੋਂ ਰੈੱਡ ਸੀਲ ਨਹੀਂ ਬਣ ਸਕਦੇ, ਇਹਦੇ ਵਾਸਤੇ ਇੱਕ ਲੰਮੀ ਮਤਲਬ ਸਫ਼ਰ ਚਾਹੀਦਾ ਹੁੰਦਾ ਹੈ। ਅੱਛਾ ਜੀ, ਇਹ ਸਾਰੀਆਂ ਉਹ ਇਨਕਸ਼ਾਫ ਹੋਇਆ। ਫਿਰ ਮੈਂ ਇਹ ਮੇਰੀ ਸਲਾਹ ਬਣੀ ਕਿ ਮੈਂ ਕਰਾਂਗਾ ਆਪਣਾ ਇਹ, ਮੈਂ ਕੈਨੇਡਾ ਦੇ ਕਾਲਜ ਜਿਹੜੇ ਨੇ ਉਹਨਾਂ ਦੀ ਸਰਚ ਮਾਰਨੀ ਸ਼ੁਰੂ ਕਰ ਦਿੱਤੀ। ਉਹ ਸਾਰਿਆਂ ਦੀ ਰਿਕੁਆਇਰਮੈਂਟ ਇਹ ਸੀ, ਬੜੇ ਸਾਰੇ ਮੈਨੂੰ ਇਲੈਕਟ੍ਰੀਕਲ ਦੇ ਡਿਪਲੋਮੇ ਲੱਭੇ, ਬੜੇ ਸਾਰੇ ਕੋਰਸਿਸ ਲੱਭੇ। ਉਸ ਤੋਂ ਬਾਅਦ ਮੈਂ ਉਹਨਾਂ ਦੀ ਰਿਕੁਆਇਰਮੈਂਟ ਵੇਖੀ, ਰਿਕੁਆਇਰਮੈਂਟ ਹੁਣ ਮੀਟ ਕਰਦੀ ਸੀ ਜਾ ਕੇ 12ਵੀਂ ਦੇ ਉੱਤੇ, ਕਿ ਐਟ ਲੀਸਟ ਮਿਨੀਮਮ ਮਿਨੀਮਮ ਜਿਹੜਾ ਬੰਦੇ ਨੇ 12ਵੀਂ ਕੀਤੀ ਹੋ। ਠੀਕ ਹੈ। ਅੱਛਾ ਜੀ, ਉਹ ਇਹ ਸਾਰੀਆਂ ਮੈਨੂੰ ਪਤਾ ਲੱਗਾ। ਫਿਰ ਮੈਂ ਇਹ ਸੋਚਿਆ ਕਿ ਮੈਂ ਹੁਣ ਪੜ੍ਹਾਂਗਾ, ਮੈਂ ਪਹਿਲੂ ਤੇ 12ਵੀਂ ਕਰਾਂਗਾ ਤੇ ਫਿਰ ਮੈਂ ਆਪਣੇ ਇਲੈਕਟ੍ਰੀਸ਼ਨ ਦਾ ਡਿਪਲੋਮਾ ਲਾਂਗਾ, ਭਾਵੇਂ ਇੱਧਰ ਭਾਵੇਂ ਉੱਧਰ ਤੇ ਭਾਵੇਂ ਕਿਤੇ ਵੀ। ਠੀਕ ਹੈ ਜੀ।
अच्छा वो मैं ओपन यूनिवर्सिटी पाकिस्तान, एक ओदा नाम है अलामा इकबाल ओपन यूनिवर्सिटी। बड़ी मशहूर है उते। हाँ जी ओदे ओदा वंदा मैं गया वेबसाइट की थी चेक कीता ओ जी मतलब उन्हां च एज लिमिट भी कोनी है ते उन्हां च गैप भी कोनी है। उन्हां नू अगर 12वीं तो करनी है तो 10वीं दी डिग्री सन चाहिए है। जे तुसा बैचलर करना है तो उन्हां तुहाड़े सेकेंडरी स्कूल सर्टिफिकेट चाहिए है। ਉਹਦੇ ਵਿੱਚ ਕਿੰਨਾ ਵੀ ਗੈਪ ਹੈ ਉਹ ਮੈਂ ਮਤਲਬ ਮੈਨੇ ਨਹੀਂ ਰੱਖਦਾ। ਇਹ ਸਾਰਾ ਫਿਰ ਮੈਂ ਕੀਤਾ ਉਹ ਸਗੋਂ ਮੈਂ 6-5 ਇਸ ਦੇ ਵਿੱਚ ਹੁਣ ਕੱਢ ਦਿੱਤਾ। ਹੁਣ 2-4 ਆਪਸ਼ਨ ਮੇਰੇ ਅੱਗੇ ਆ ਗਏ ਕਿ ਪੜ੍ਹਨ ਦਾ। ਹੁਣ ਮੈਂ ਕੈਨੇਡਾ ਜਾਵਾਂਗਾ ਫੋਰ ਐਗਜ਼ਾਮਪਲ, ਮੈਂ ਇਹ ਆਪਣੀਆਂ ਮੇਰੀਆਂ ਸੋਚਾਂ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਕਿ ਮੈਂ ਉੱਥੇ ਓਪਨ ਯੂਨੀਵਰਸਿਟੀ ਤੋਂ ਮੈਂ ਰੈਗੂਲਰ ਦੇ ਕਾਲਜ ਅਟੈਂਡ ਨਹੀਂ ਕਰ ਸਕਦਾ। ਮੈਂ ਓਪਨ ਯੂਨੀਵਰਸਿਟੀ ਦੇ ਜ਼ਰੀਏ ਮੈਂ ਆਪਣਾ ਐਫ ਏ ਕਰਨਾ, ਜਿਹਨੂੰ ਪਾਕਿਸਤਾਨ ਐਫ ਏ ਆਉਂਦੇ ਨੇ, ਇੰਡੀਆ 'ਚ ਪਲੱਸ ਟੂ ਆਉਂਦੇ ਨੇ, ਉਹ ਕਰਨਾ ਵਾਂ। ਅਤੇ ਉਹ ਉਦੋਂ ਤੱਕ ਮੈਂ ਹੁਣ ਮੇਰੀ ਏਜ ਜਿਹੜੀ ਹੈ 35 ਹੈ। ਇੱਕ ਤਾਂ ਮੇਰੀ ਏਜ ਜਦੋਂ ਮੈਂ 12ਵੀਂ ਕਰਾਂਗਾ ਪਲੱਸ ਟੂ ਕਰਾਂਗਾ ਉਦੋਂ ਤੱਕ ਮੇਰੀ ਏਜ 37 ਹੋ ਚੁੱਕੀ ਹੋਏਗੀ। ਆਇਆ ਕਿ ਮੈਂ ਓਰੀਜਨਲ ਸਟੂਡੈਂਟ ਲੱਗਾਂਗਾ ਵੀ ਕਿ ਨਹੀਂ ਲੱਗਾਂਗਾ, ਪਹਿਲੀ ਗੱਲ ਇਹ ਠੀਕ ਹੈ ਜੀ। ਦੂਸਰੇ ਨੰਬਰ ਦੇ ਉੱਤੇ ਫਿਰ ਮੈਂ ਥੋੜ੍ਹਾ ਜਿਹਾ ਹੋਰ ਤੁਹਾਡੀ ਵੀਡੀਓਜ਼ ਵੇਖੀਆਂ, ਬੜੇ ਸਾਰੇ ਮਤਲਬ ਸਿੱਖਣ ਨੂੰ ਮਿਲਿਆ, ਬੜੀਆਂ ਸਾਰੀਆਂ ਨਵੀਆਂ ਚੀਜ਼ਾਂ, ਬਹੁਤ ਸਾਰੀਆਂ ਨਵੀਆਂ ਚੀਜ਼ਾਂ ਮਤਲਬ, ਅਤੇ ਉਹਨਾਂ ਦਾ ਪਤਾ ਲੱਗਾ। ਤੋ ਪਹਿਲੂ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਮੈਂ ਇੰਸਪਾਇਰ ਸਾਂ ਉਹ ਅਹਿਮਦ ਹੁਸੈਨ ਦੀ ਸਟੋਰੀ ਤੋਂ, ਜਿਹੜੇ ਇਮੀਗ੍ਰੇਸ਼ਨ ਰਿਫਿਊਜੀ ਸਿਟੀਜ਼ਨ ਦੇ ਮਿਨਿਸਟਰ ਨੇ, ਅਤੇ ਮਿਸਟਰ ਜਗਮੀਤ ਸਿੰਘ ਤੋਂ। ਮੈਂ ਇੱਕ ਦਿਲ 'ਚ ਇਹ ਸੋਚਿਆ ਕਿ ਵਾਕਈ ਹੀ ਅਗਰ ਇਹ ਇੰਡੀਆ 'ਚ ਹੁੰਦੇ ਤੇ ਜਾਂ ਉਹ ਸਮਾਲੀਆ 'ਚ ਹੁੰਦੇ ਮਿਸਟਰ ਅਹਿਮਦ, ਤੇ ਇਹ ਕਿਸੇ ਮੈਜਿਸਟਰੇਟ ਦੇ ਬਾਹਰ ਕਚਹਿਰੀਆਂ ਦੇ ਆਪਣੇ ਫੱਟੇ ਦੇ ਉੱਤੇ ਮੱਖੀਆਂ ਮਾਰ ਰਹੇ ਹੁੰਦੇ। ਠੀਕ ਹੈ। ਇਹ ਕੈਨੇਡਾ ਨੂੰ ਸਾਰੀਆਂ ਗੱਲਾਂ ਫਜ਼ੀਲਤਾਂ ਜਾਂਦੀਆਂ ਨੇ ਕਿ ਉੱਥੇ ਇਹੋ ਜਿਹਾ, ਠੀਕ ਹੈ ਰੇਸਿਜ਼ਮ ਹਰ ਜਗ੍ਹਾ ਹੁੰਦੀ ਹੈ, ਹਰ ਜਗ੍ਹਾ ਹਰ ਬੰਦਾ ਦੂਸਰੇ ਬੰਦੇ ਨੂੰ ਪ੍ਰਮੋਟ ਕਰਦਾ ਹੈ, ਲੇਕਿਨ ਇੱਕ ਇਨਵਾਇਰਮੈਂਟ ਹੁੰਦਾ ਹੈ ਥੋੜ੍ਹਾ ਜਿਹਾ ਫਰੈਂਡਲੀ, ਜਿਹਦੇ ਵਿੱਚ ਤੁਸੀਂ ਕੁਝ ਨਾ ਕੁਝ ਆਪਣੇ ਘੋੜੇ ਭਜਾ ਕੇ ਤੁਸੀਂ ਅਗਰ ਤੁਸੀਂ ਪਹੁੰਚ ਸਕਦੇ ਹੋ ਕਿਤੇ ਤੇ ਪਹੁੰਚਣ ਜੋਗੇ ਹੋ ਤੇ ਪਹੁੰਚ ਜਾਂਦੇ ਹੋ, ਠੀਕ ਹੈ ਜੀ। ਤੋ ਐਂਜ ਕਰਕੇ ਮੈਨੂੰ ਕੈਨੇਡਾ ਨੇ ਇਸ ਗੱਲ ਤੋਂ, ਮੈਂ ਥੋੜ੍ਹਾ ਜਿਹਾ ਤੁਹਾਨੂੰ ਇੱਥੇ ਗੱਲ ਯਾਦ ਕਰਾਉਣਾ, ਇੱਕ ਦੀਪਕ ਸਾਹਿਬ ਸਨ ਜਿਨ੍ਹਾਂ ਨੂੰ ਤੁਸੀਂ ਦਿੱਲੀ ਸ਼ਾਇਦ ਮਿਲੇ ਹੈ, ਤੇ ਉਹ ਬਾਅਦ ਦੇ ਵਿੱਚੋਂ ਇੰਟਰਪ੍ਰੋਨਰ ਜਿਹੜਾ ਇਨਵੈਸਟਮੈਂਟ ਦੇ ਵੀਜ਼ੇ ਤੇ ਫਿਰ ਇੱਥੇ ਮਤਲਬ ਵਿਜ਼ਟਰ ਵੀਜ਼ੇ ਤੇ ਆਏ, ਤੇ ਜੇ ਉਹਨਾਂ ਦੀ ਕਾਲ ਤੁਸੀਂ ਸ਼ੇਅਰ ਕੀਤੀ ਸੀ ਆਪਣੇ ਮਤਲਬ ਯੂਟਿਊਬ ਚੈਨਲ ਤੇ, ਯਾਦ ਨੇ ਤੁਹਾਨੂੰ ਦੀਪਕ ਉਹਨਾਂ ਦਾ ਨਾਂ ਸੀ, ਮੈਨੀਟੋਬਾ ਆਏ ਸਰ। ਕਰ ਕਮੈਂਟ ਪਾਏ ਆ। ਨਹੀਂ ਦੀਪਕ ਨਹੀਂ ਨਾਮ ਉਹਨਾਂ ਦਾ, ਉਹ ਹੈ ਦੀਪਕ ਨਹੀਂ ਨਾਮ, ਉਹ ਚਸ਼ਮਾ ਦੇ ਪਾਉਂਦੇ ਸੀ, ਚਸ਼ਮੇ ਉਹ ਉਹ ਜਿਹੜੇ, ਹਾਂ ਹਾਂ ਕਰ ਮੈਂ ਮੈਨੂੰ ਪਤਾ ਹੈ ਕੌਣ ਹੈ, ਦੀਪਕ ਨਾਮ ਨਹੀਂ ਕੁਛ ਹੋਰ ਨਾਮ ਹੈ ਉਹਦਾ। ਐਨੀਵੇ ਚਲੋ ਪੰਕਜ ਦੀਪਕ ਜੋ ਵੀ ਨੇ, ਹਾਂਜੀ ਹਾਂਜੀ ਉਹਨਾਂ ਨਾਲ ਉਹਨਾਂ ਤੁਸਾਂ ਇੱਕ ਗੱਲ ਪੁੱਛੀ ਕਿ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ, ਤੁਹਾਨੂੰ ਕੀ ਪਸੰਦ ਲੱਗਿਆ? ਤੁਸੀਂ ਆਪਣੀ ਵੀਡੀਓ ਵੇਖੇ ਤੇ ਪਤਾ ਲੱਗੇਗਾ। ਤੁਸਾਂ ਆਖਿਆ ਕਿ ਮਤਲਬ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ, ਤੁਹਾਨੂੰ ਕਿਹੜੀ ਚੀਜ਼ ਜ਼ਿਆਦਾ ਅੱਛੀ ਲੱਗੀ ਹੈ, ਇਨਸਪਾਇਰ ਕੀਤੀ? ਤੇ ਉਹਨਾਂ ਕਿਹਾ ਇੱਥੇ ਟ੍ਰੈਫਿਕ ਜੈਮ ਨਹੀਂ ਹੈ। That's right. ਇੱਥੇ ਟ੍ਰੈਫਿਕ ਜੈਮ ਨਹੀਂ ਹੈ, ਦਿੱਲੀ ਦੀ ਤਰ੍ਹਾਂ ਯਹਾਂ ਟ੍ਰੈਫਿਕ ਨਹੀਂ ਹੈ, ਠੀਕ ਹੈ। ਹਵਾ ਵੀ ਸਾਫ ਹੈ ਉਹਨਾਂ ਕਿਹਾ। ਅੱਛਾ ਤੇ ਮੈਨੂੰ ਇਨਸਪਾਇਰ ਜਿਹੜੀ ਚੀਜ਼ ਨੇ ਕੀਤਾ ਕਿ ਉਹ ਅਹਿਮਦ ਹੁਸੈਨ ਦੀ ਸਟੋਰੀ, ਮਿਸਟਰ ਅਹਿਮਦ ਹੁਸੈਨ ਦੀ, ਜਗਮੀਤ ਸਿੰਘ ਦੀ ਸਟੋਰੀ, ਇਹਨਾਂ ਸਟੋਰੀਆਂ ਨੇ ਥੋੜ੍ਹਾ ਜਿਹਾ ਇਨਸਪਾਇਰ ਕੀਤਾ ਕਿ ਅਸਾਂ, ਮੈਂ ਹਾਂ, ਮੈਂ ਹੁਣ ਸਿੱਧੀ ਗੱਲ ਕਰਨਾ, ਮੈਂ ਇੱਥੇ ਮਲੇਸ਼ੀਆ 'ਚ, ਮੈਨੂੰ 9 ਸਾਲ ਹੋ ਗਏ, ਮੈਂ ਉਹ ਵੱਡਾ ਲਾਇਸੈਂਸ ਅਪਲਾਈ ਕਰਨ, ਮੈਂ ਵੈਨ ਲੈਣਾ ਚਾਹੁੰਦਾ, ਮੈਂ ਆਪਣੀ ਕੰਪਨੀ ਬਣਾਉਣਾ ਚਾਹੁੰਦਾ, ਲੇਕਿਨ ਉਹਦੇ ਵਾਸਤੇ ਮੈਨੂੰ ਵੈਨ ਲੈਣੀ ਪਏਗੀ। ਵੈਨ ਵਾਸਤੇ ਜੇ ਮੈਂ ਡਰਾਈਵਰ ਹੁਣ ਰੱਖਾਂਗਾ ਤੇ ਮੈਂ ਤੇ ਸਟਾਰਟਿੰਗ ਕੰਪਨੀ ਕਰਕੇ ਡਰਾਈਵਰ ਰੱਖਾਂਗਾ ਤੇ ਮੈਂ ਅਫੋਰਡ ਨਹੀਂ ਕਰ ਸਕਾਂਗਾ, ਮੇਰੀ ਕੰਪਨੀ ਡੁੱਬ ਜਾਏਗੀ ਪਹਿਲੂ ਚੱਲਣ ਤੇ, ਠੀਕ ਹੈ ਜੀ। ਲਿਹਾਜ਼ਾ ਮੈਂ ਆਪ ਡਰਾਈਵ ਕਰਨਾ ਚਾਹ। ਉਹ ਇੰਜ ਕਰਕੇ ਹੁਣ 9 ਸਾਲ ਹੋ ਗਏ, ਅਸੀਂ ਫਾਰਨਰ ਦੇ ਫਾਰਨਰ ਆ, ਮੇਰੀ ਵਾਈਫ ਵੀ ਇੱਥੇ ਵੀ, ਮੇਰੇ 2 ਬੇਟੇ ਉਹ ਮਲੇਸ਼ੀਆ 'ਚ ਬੋਰਨ, ਮਤਲਬ ਮਲੇਸ਼ੀਆ ਬੋਰਨ ਹੈ, ਦੋ ਇੱਥੇ ਹੀ ਪੈਦਾ ਹੋਏ ਨੇ। ਬਸ ਜੀ ਤੁਹਾਨੂੰ ਮੈਂ ਇੱਕ ਸੈਕਿੰਡ ਰੋਕ ਦਿਆਂ, ਇੱਕ ਸੈਕਿੰਡ। ਹਾਂਜੀ ਮੈਨੂੰ ਮੈਨੂੰ ਆਈਡੀਆ ਲੱਗਿਆ ਕਿ ਵੀ ਇਹ ਕਾਲ ਕਿੱਥੇ ਜਾ ਰਹੀ ਹੈ, ਕਿੱਧਰ ਕਿੱਧਰ ਹੈ ਤੁਹਾਡਾ ਜਿਹੜਾ ਮਨਸੂਬਾ ਹੈ, ਥੋੜ੍ਹਾ ਜਿਹਾ ਆਈਡੀਆ ਲੱਗਿਆ। ਮੈਂ ਤੁਹਾਨੂੰ ਡਾਇਰੈਕਟਲੀ ਸਵਾਲ ਇਹ ਪੁੱਛਣਾ ਕਿ ਤੁਸੀਂ 9 ਸਾਲ ਬਿਤਾ ਲਏ ਮਲੇਸ਼ੀਆ, ਅਤੇ ਤੁਸੀਂ ਹੁਣ ਕੁਛ ਕਰਨਾ ਚਾਹੁੰਦੇ ਹੋ ਇੱਥੇ ਕੈਨੇਡਾ ਆ ਕੇ, ਕਰੈਕਟ? ਹਾਂਜੀ ਠੀਕ ਹੈ, ਤੁਸੀਂ ਇੱਥੇ ਪੱਕੇ ਪੱਕੇ ਆਉਣਾ, ਇਮੀਗ੍ਰੇਸ਼ਨ ਲੈਣੀ ਹੈ, ਇੱਥੇ ਪੱਕੇ ਰਹਿਣਾ ਤੁਸੀਂ ਕੈਨੇਡਾ ਆ ਕੇ, ਇਹੀ ਹੈ ਨਾ? ਮੇਰਾ ਇਹ ਪ੍ਰੋਗਰਾਮ ਹੈ ਕਿ ਮਤਲਬ ਇਟਸ ਓਕੇ,
ਇਸ ਓਕੇ, ਮੈਂ ਆ ਰਿਹਾ ਉੱਥੇ, ਮੈਂ ਉਸ 'ਤੇ ਸਟੇਜ 'ਤੇ ਆ ਰਿਹਾ। ਤੁਸੀਂ ਮੈਨੂੰ ਉਹ ਦੁਬਾਰਾ ਤੋਂ ਇੱਕ ਵਾਰ ਰਿਫਰੈਸ਼ ਕਰ ਦਿਓ ਕਿ ਤੁਹਾਡੀ ਕੁਆਲੀਫਿਕੇਸ਼ਨ 12ਵੀਂ ਤੁਹਾਡੇ ਕੋਲ ਹੈ ਕਿ ਨਹੀਂ? 12ਵੀਂ ਦਾ ਸਰਟੀਫਿਕੇਟ ਨਹੀਂ ਹੈ ਇਸ ਵਕਤ ਜਾਂ 10ਵੀਂ ਦਾ ਹੈ ਸਿਰਫ? ਹਾਂ, ਮੇਰੇ ਕੋਲ 10ਵੀਂ ਦਾ ਵੇ, 12ਵੀਂ ਦਾ ਨਹੀਂ ਹੈ, ਮੈਂ ਕਾਲਜ ਗਿਆ ਸਾਂ, ਫੇਲ ਸਾਂ। ਹਾਂ, 1 ਸੈਕਿੰਡ, ਕਿਹੜੇ ਕਿਹੜੇ ਸਨ ਕਿਹੜੇ ਸਾਲ ਵਿੱਚ ਤੁਸੀਂ 10ਵੀਂ ਕੀਤੀ ਹੋਈ ਹੈ? 1999 1999। ਅੱਛਾ, ਉਹਦੇ ਬਾਅਦ ਤੁਸੀਂ ਹੁਣ ਜਿੰਨਾ ਉਹ ਉਸ ਤੋਂ ਲੈ ਕੇ ਮਤਲਬ 18 ਸਾਲ ਤੁਹਾਡਾ ਜਿਹੜਾ ਜੋਬ ਐਕਸਪੀਰੀਅੰਸ ਹੈ ਐਜ਼ ਅ ਇਲੈਕਟ੍ਰੀਸ਼ੀਅਨ ਹੈ, ਐਜ਼ ਇਲੈਕਟ੍ਰੀਕਲ, ਕੀ ਮੇਜਰ ਆਕੂਪੇਸ਼ਨ ਦੱਸੋ, ਮੋਟਾ ਮੋਟਾ ਕੀ ਆਕੂਪੇਸ਼ਨ ਹੈ? ਅੱਛਾ, ਇਲੈਕਟ੍ਰੀਸ਼ਨ ਜੀ, ਮੈਂ ਮਤਲਬ ਇਲੈਕਟ੍ਰੋਨਿਕਸ ਤੇ ਇਲੈਕਟ੍ਰੋ ਮਕੈਨੀਕਲ ਦਾ ਕੰਮ ਕਰ। ਸਮਝ ਗਿਆ। ਤੁਸੀਂ ਨੌਕਰੀ ਕਰ ਰਹੇ ਹੋ, ਨੌਕਰੀ ਕਰ ਰਹੇ ਸੀ ਮਤਲਬ ਮਲੇਸ਼ੀਆ ਤੋਂ ਉਸ ਤੋਂ ਪਹਿਲਾਂ ਵੀ, ਪਾਕਿਸਤਾਨ ਵੀ ਕਰ ਰਹੇ ਸੀ ਸੇਮ ਕੰਮ? ਨਹੀਂ, ਉਸ ਤੋਂ ਪਹਿਲਾਂ ਮੈਂ 2002 ਤੋਂ 2008 ਦੇ ਵਿੱਚ ਸਾਊਦੀ ਅਰਬ ਸਾਂ। ਅੱਛਾ, ਉੱਥੇ ਕੀ ਜੋ ਇਹ ਸੇਮ ਜੋਬ? ਸੇਮ ਜੋਬ ਮੈਂ ਕਰਦਾ ਹਾਂ, ਉੱਥੇ ਵੀ ਮੈਂ ਇਲੈਕਟ੍ਰੀਸ਼ੀਅਨ ਹੀ ਸਾਂ ਤੇ ਮਤਲਬ ਇਹੀ ਮੈਂ ਕੰਮ ਕੀਤਾ। ਓਕੇ, ਇਸ ਵਕਤ ਤੁਹਾਡੀ ਤਨਖਾਹ ਕਿੰਨੀ ਹੈ ਮਲੇਸ਼ੀਅਨ ਰਿੰਗਿਟ ਪਰ ਮਹੀਨੇ ਕਿੰਨੀ ਤਨਖਾਹ ਹੈ? ਓਕੇ, ਅਸੀਂ ਮਲੇਸ਼ੀਅਨ ਨਹੀਂ ਕਹਿੰਦੇ, ਅਸੀਂ ਡਾਲਰ ਕਰਨੇ ਆ ਕਿ ਮੇਰੀ $1,500-$1,600 ਏ। 1500 ਡਾਲਰ ਤੁਹਾਡੀ ਤਨਖਾਹ ਹੈ? ਚਾਰ ਤੁਸੀਂ ਫੈਮਿਲੀ ਮੈਂਬਰ ਹੋ, ਹਸਬੈਂਡ, ਵਾਈਫ ਤੇ 2 ਬੱਚੇ। ਹਾਂਜੀ, ਬੱਚੇ ਦੀ ਉਮਰ ਕਿੰਨੀ ਕਿੰਨੀ ਹੈ, ਕਿੰਨੀ ਕਿੰਨੀ ਉਮਰ ਹੈ? ਬੱਚੇ ਦੀ ਉਮਰ ਏ, ਨਹੀਂ 2 ਬੱਚੇ ਨਹੀਂ, ਮੇਰੇ 2 ਬੱਚੇ ਪੈਦਾ ਇੱਥੇ ਹੋਏ ਨੇ ਅੱਛਾ, ਮਲੇਸ਼ੀਆ 'ਚ, ਮੇਰੇ ਓਕੇ ਟੋਟਲ ਚਾਰ ਚਾਰ ਬੱਚੇ ਨੇ। ਓਕੇ, ਸੋ ਉਹ ਦੋ ਬਾਕੀ ਦੋ ਬੱਚੇ ਕਿੱਥੇ ਹਨ? ਉਹ ਵੀ ਇੱਥੇ ਨੇ, ਸਾਰੇ ਚਾਰੇ ਹੀ ਅੱਛਾ, ਇੱਥੇ ਨੇ। ਚਾਰੋਂ, ਅੱਛਾ ਸੋਰੀ, ਚਾਰੋਂ ਹੀ ਇੱਥੇ ਮਲੇਸ਼ੀਆ ਤੁਹਾਡੇ ਕੋਲ ਹੈ? ਅੱਛਾ, ਹਾਂਜੀ, ਉਮਰ ਲੇਕਿਨ ਉਮਰ ਦੱਸੋਗੇ ਉਹਨਾਂ ਦੀ, ਉਮਰ ਉਮਰ ਦੱਸੋਗੇ ਪਲੀਜ਼, ਏਜ? ਅੱਛਾ, 8 ਸਾਲ, 6 ਸਾਲ, 3 ਸਾਲ ਤੇ 1 ਸਾਲ। ਅੱਛਾ, ਦਿਨ ਠੀਕ ਹੈ, ਛੋਟੇ ਵਾਲੀ। ਸੋ ਤੁਹਾਡੀ ਵਾਈਫ ਕੁਝ ਕੰਮ ਕਰਦੀ ਹੈ ਨਹੀਂ ਕਿ ਹਾਊਸ ਵਾਈਫ ਹੈ? ਨਹੀਂ, ਉਹ ਹਾਊਸ ਵਾਈਫ, ਪਿਓਰ ਹਾਊਸ ਵਾਈਫ। ਐਜੂਕੇਸ਼ਨ ਕਿੰਨੀ ਹੈ? ਬੈਚਲਰ ਉਹਨਾਂ ਕੀਤੀ ਹੈ, ਟੀਚਿੰਗ ਕੀਤੀ ਹੈ, ਟੀਚਰ ਦੀ ਉਹਨਾਂ ਦੇ ਮਤਲਬ ਐਕਸਪੀਰੀਅੰਸ ਮੇਰਾ ਖਿਆਲ ਹੈ 6 ਮਹੀਨੇ ਸਾਲ ਸੀ, ਉਸ ਤੋਂ ਬਾਅਦ ਨਹੀਂ ਕੀਤੀ ਜੋਬ। ਬੈਚਲਰਸ ਆਫ ਕੀ ਕੀਤਾ ਉਹਨਾਂ ਨੇ? ਬੀਏ ਬੀਏਡ ਕੀ ਕੀਤਾ? ਟੀਚਰ ਬੀਏਡ ਤੇ ਉਸ ਤੋਂ ਬਾਅਦ ਟੀਚਿੰਗ ਦਾ ਜਿਹੜਾ ਉਹ ਕੋਰਸ ਹੁੰਦਾ ਮੇਰਾ ਖਿਆਲ ਹੈ PTC ਕੇ CT ਕੋ ਚੇਂਜ ਕਰਕੇ। ਅੱਛਾ, ਠੀਕ ਹੈ, ਸਮਝ ਗਿਆ। ਸੋ ਮਲੇਸ਼ੀਆ ਦੇ ਮਲੇਸ਼ੀਆ ਸਾਊਦੀ ਦੇ ਇਲਾਵਾ ਤੁਸੀਂ ਕਿਹੜੀ ਕਿਹੜੀ ਕੰਟਰੀ ਤੁਸੀਂ ਹੁਣ ਘੁੰਮ ਚੁੱਕੇ, ਦੇਖ ਚੁੱਕੇ ਜਾ ਕੇ? ਮੈਂ ਥਾਈਲੈਂਡ ਗਿਆ ਸਾਂ। ਥਾਈਲੈਂਡ, ਓਕੇ, ਹਾਂਜੀ। ਸੋ ਬਸ ਬਾਕੀ ਕੋਈ ਯੂਰਪ ਯੂਰਪ ਤੇ ਨਹੀਂ, ਅਮਰੀਕਾ ਤੇ ਨਹੀਂ, ਨਹੀਂ ਯੂਰਪ ਦੇ, ਕੈਨੇਡਾ ਵੀ ਕਦੇ ਪਹਿਲਾਂ ਕਦੇ ਅਪਲਾਈ ਨਹੀਂ ਕੀਤਾ? ਨੈਵਰ, ਨੈਵਰ, ਨਹੀਂ। ਸਮਝ ਗਿਆ। ਪ੍ਰੋਬਲਮ ਇਸ ਤਰ੍ਹਾਂ ਹੈ, ਦੇਖੋ ਬਾਜਵਾ ਜੀ, ਇਸ ਤਰ੍ਹਾਂ ਹੈ ਕਿ ਇਮੀਗ੍ਰੇਸ਼ਨ ਜੋ ਹੈ ਨਾ, ਇਮੀਗ੍ਰੇਸ਼ਨ ਜੋ ਪ੍ਰੋਸੈਸ ਹੈ ਕੈਨੇਡਾ ਦਾ, ਇਮੀਗ੍ਰੇਸ਼ਨ ਪ੍ਰੋਸੈਸ ਹੈ, ਉਹਦੇ ਲਈ ਤੁਸੀਂ ਜਿਹੜਾ ਆਪਣੀ ਰਿਸਰਚ ਕੀਤੀ ਹੈ ਉਹ ਸਹੀ ਹੈ, ਉਹਦੇ ਲਈ ਐਜੂਕੇਸ਼ਨ ਦੀ ਲੋੜ ਹੈ ਨੰਬਰ 1। ਮਤਲਬ ਕਿ ਮਿਨੀਮਮ 12ਵੀਂ, ਉਹਦੇ ਬਾਅਦ ਫਿਰ ਪੁਆਇੰਟਸ ਬਣਦੇ ਹੈ, ਪੁਆਇੰਟਸ ਉਹਨੂੰ ਉਹਨੂੰ ਆਪਾਂ ਕਹਿੰਦੇ ਹਾਂ ਐਕਸਪ੍ਰੈਸ ਐਂਟਰੀ, ਮਤਲਬ ਕਿ ਬਹੁਤ ਛੇਤੀ ਐਂਟਰੀ ਕਰਦੇ ਹੈ ਐਕਸਪ੍ਰੈਸ, ਜਿਸ ਤਰ੍ਹਾਂ ਐਕਸਪ੍ਰੈਸ ਟ੍ਰੇਨ ਹੁੰਦੀ ਹੈ। ਹਾਂਜੀ, ਪਰ ਉਹਦੇ ਲਈ ਜਿਹੜੀ ਰਿਕੁਆਇਰਮੈਂਟ ਹੈ ਉਹ ਰਿਕੁਆਇਰਮੈਂਟ ਸਾਡੇ ਕੋਲ ਨਹੀਂ ਹੈ। ਦੈਟ ਮੀਨਸ ਕਿ ਇੱਕ ਤਾਂ ਏਜ ਤੁਹਾਡੀ, ਏਜ ਕਿੰਨੀ ਆਪਣੀ? 35। 35। ਇੱਕ ਤਾਂ ਏਜ ਜ਼ਿਆਦਾ ਹੋ ਗਈ, ਥੋੜ੍ਹੀ ਜ਼ਿਆਦਾ ਹੋ ਗਈ, ਜ਼ਿਆਦਾ ਤਾਂ ਨਹੀਂ ਲੇਕਿਨ ਹੋ ਗਈ, ਏਜ ਜ਼ਿਆਦਾ ਹੋ ਗਈ। ਦੂਸਰੀ ਗੱਲ, ਐਜੂਕੇਸ਼ਨ ਸਾਡੇ ਕੋਲ 12ਵੀਂ ਨਹੀਂ ਹੈ, 12ਵੀਂ ਤੇ ਬਗੈਰ ਤੇ ਐਕਸਪ੍ਰੈਸ ਐਂਟਰੀ ਫਾਈਲ ਲੱਗ ਹੀ ਨਹੀਂ ਸਕਦੀ। ਨੰਬਰ 1 ਪ੍ਰੋਬਲਮ ਇਹ ਆ ਗਈ। ਨੰਬਰ 2 ਪ੍ਰੋਬਲਮ ਇਹ ਆ, ਦੂਸਰੀ ਨੰਬਰ 3 ਪ੍ਰੋਬਲਮ ਇਸ ਤਰ੍ਹਾਂ ਹੈ ਕਿ ਜਿਹੜਾ ਐਕਸਪੀਰੀਅੰਸ ਸਰਟੀਫਿਕੇਟ ਹੈ ਨਾ, ਜਿਹੜਾ ਤੁਸੀਂ ਬਣਾਓਗੇ ਇਲੈਕਟ੍ਰੀਸ਼ੀਅਨ ਦਾ ਜਾਂ ਜੋ ਵੀ ਹੈ, ਉਹ ਇੱਕ ਜੋ ਐਕਸਪੀਰੀਅੰਸ ਸਰਟੀਫਿਕੇਟ ਦੇਖ ਕੇ ਹੀ ਪਤਾ ਲੱਗੇਗਾ ਮੈਨੂੰ ਕਿ ਵੀ ਉਹ ਸਕਿੱਲਡ ਹੈ ਕਿ ਅਨਸਕਿੱਲਡ ਹੈ। ਇੱਥੇ ਜਿੱਥੇ ਇਮੀਗ੍ਰੇਸ਼ਨ ਦੀ ਗੱਲ ਕਰੀਏ, ਇਮੀਗ੍ਰੇਸ਼ਨ ਪੁਆਇੰਟ ਆਫ ਵਿਊ ਤੋਂ ਕੈਨੇਡਾ ਦੀ ਇੱਕ ਕਲਾਸੀਫਿਕੇਸ਼ਨ ਹੈ, ਜਾਂ ਤਾਂ ਹੈ ਸਕਿੱਲਡ ਜੋਬ ਜਾਂ ਹੈ ਅਨਸਕਿੱਲਡ। ਹੁਣ ਈਵਨ ਦੋ ਇਲੈਕਟ੍ਰੀਸ਼ਨ, ਜਿਸ ਤਰ੍ਹਾਂ ਮੈਨੂੰ ਇਲੈਕਟ੍ਰੀਸ਼ਨ ਦਾ ਕੰਮ ਨਹੀਂ ਆਉਂਦਾ, ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਸਕਿੱਲ ਹੁੰਦਾ ਹੈ, ਲੇਕਿਨ ਉਹ ਕੈਨੇਡਾ ਉਹਨੂੰ ਹਾਈ ਸਕਿੱਲ ਨਹੀਂ ਮੰਨਦਾ। ਠੀਕ ਹੈ, ਉਹਨੂੰ ਉਹਨੂੰ ਇਹ ਮਤਲਬ ਇਟਸ ਨਾਟ ਕਿ ਮੰਨ ਵੀ ਸਕਦੇ ਹੈ, ਲੇਕਿਨ ਇਟਸ ਅ ਟ੍ਰੇਡ ਆਕੂਪੇਸ਼ਨ, ਉਹਦੇ ਲਈ ਤੁਹਾਨੂੰ ਇੱਥੇ ਇਹਦੇ ਬਰਾਬਰ ਦੀ, ਕੈਨੇਡਾ ਦੇ ਬਰਾਬਰ ਦੀ ਐਜੂਕੇਸ਼ਨ, ਸਕਿੱਲ, ਟ੍ਰੇਨਿੰਗ, ਡਿਪਲੋਮਾ ਵਾਲਾ, ਰੈੱਡ ਸੀ ਜਿਹੜਾ ਤੁਸੀਂ ਨਾਮ ਲਿਆ, ਉਸ ਤਰ੍ਹਾਂ ਦੀ ਕੁਆਲੀਫਿਕੇਸ਼ਨ ਲੈ ਕੇ ਹੀ ਕੋਈ ਬੰਦਾ ਇਲੈਕਟ੍ਰੀਸ਼ੀਅਨ ਬਣੇਗਾ, ਤਾਂ ਉਹ ਜਾ ਕੇ ਐਕਸਪੀਰੀਅੰਸ ਉਹਦਾ ਮੰਨਿਆ ਜਾਏਗਾ ਕਿ ਹਾਂ ਵੀ ਵਾਕਈ ਐਕਸਪੀਰੀਅੰਸ ਹੈ ਐਜ਼ ਇਲੈਕਟ੍ਰੀਸ਼ੀਅਨ। ਥੋੜ੍ਹੀ ਜਿਹੀ ਪ੍ਰੋਬਲਮ, ਇੱਕ ਐਗਜ਼ਾਮਪਲ ਤੁਹਾਨੂੰ ਹੋਰ ਦਿਆਂ, ਫਿਰ ਅੱਗੇ ਚਲਾਂਗਾ ਮੈਂ। ਟਰੱਕ ਡਰਾਈਵਰ ਹੈ, ਜਿਸ ਤਰ੍ਹਾਂ
ਵੱਡੇ ਵੱਡੇ ਟਰੱਕ ਚਲਾਉਣੇ ਜਿਹਦੇ ਵਿੱਚ 80,000 ਪੌਂਡ ਖਿੱਚ ਕੇ ਚੱਲਦੇ ਹੈ, ਜਿਹੜੇ ਵੀ 18 ਗੇਅਰ ਹੈ, ਉਹ ਇੱਕ ਬਹੁਤ ਹੀ ਸਕਿੱਲਡ ਜੋਬ ਹੈ। ਮਤਲਬ ਕਿ ਇਟਸ ਵੈਰੀ ਹਾਈਲੀ ਡੈਲੀਕੇਟ ਜੋਬ ਹੈ ਕਿ ਵੀ ਉਹਨੂੰ ਕਰਨਾ ਕਿਸ ਤਰ੍ਹਾਂ, ਉਹਨੂੰ ਸਿੱਖਣਾ ਪੈਂਦਾ ਪਹਿਲਾਂ, ਇੱਦਾਂ ਨਹੀਂ ਕਿ ਕੋਈ ਉੱਠ ਕੇ ਚਲਾਏ ਗੱਡੀ। ਹਾਂਜੀ ਪਰ ਸਹੀ ਪਰ ਇਮੀਗ੍ਰੇਸ਼ਨ ਪੁਆਇੰਟ ਆਫ ਵਿਊ ਨੂੰ ਅਸੀਂ ਸਕਿੱਲਡ ਨਹੀਂ ਮੰਨਦੇ, ਸਹੀ ਠੀਕ ਹੈ? ਤਾਂ ਫਰਕ ਇਸ ਤਰ੍ਹਾਂ ਹੈ, ਤੁਹਾਡੇ ਕੇਸ 'ਚ ਫਰਕ ਮਤਲਬ ਇਸ ਤਰ੍ਹਾਂ ਦਾ ਪ੍ਰੋਬਲਮ ਹੋ ਰਹੀ ਹੈ ਕਿ ਜਿਹੜਾ ਐਕਸਪੀਰੀਅੰਸ ਤੁਹਾਡੇ ਕੋਲ ਹੈ, ਵੀ ਡੋਂਟ ਹੈਵ ਐਕਸਪੀਰੀਅੰਸ ਸਰਟੀਫਿਕੇਟ। ਜਾਂ ਤਾਂ ਤੁਸੀਂ ਆਪਣੇ ਸਾਰੇ ਕੰਪਨੀ ਜਿੰਨੇ ਵੀ ਪਿਛਲੇ 10 ਸਾਲ ਦੇ ਐਕਸਪੀਰੀਅੰਸ ਹੈ, ਸਾਰੀ ਕੰਪਨੀਆਂ ਦੇ ਅਗਰ ਤੁਸੀਂ ਐਕਸਪੀਰੀਅੰਸ ਲੈਟਰ ਲਿਓਗੇ, ਉਹਨਾਂ ਦੇ ਤਨਖਾਹ ਦੇ ਪੇ ਸਲਿਪਸ, ਜੋਬ ਅਪੁਆਇੰਟਮੈਂਟ ਲੈਟਰ, ਉਹਦੇ ਵਿੱਚ ਕੀ ਲਿਖਿਆ ਹੈ ਕਿ ਕਿੰਨੀ ਤਨਖਾਹ ਹੈ, ਕੀ ਤੁਹਾਡੀ ਡਿਊਟੀਜ਼ ਹੈ ਵਗੈਰਾ ਵਗੈਰਾ, ਤਾਂ ਪਤਾ ਲੱਗੇਗਾ ਕਿ ਵੀ ਉਹ ਸਕਿੱਲ ਜੋਬ ਹੈ ਕਿ ਨਹੀਂ ਹੈ। ਮੋਰ ਔਰ ਲੈਸ ਲਾਈਕਲੀ ਉਹ ਸਕਿੱਲ ਜੋਬ ਨਹੀਂ ਹੋਏਗਾ, ਇਸ ਸਹੀ ਕਰਕੇ ਉਹ ਤੁਹਾਡੀ ਜਿਹੜੀ PR ਦੀ ਫਾਈਲ ਹੈ, ਐਕਸਪ੍ਰੈਸ ਐਂਟਰੀ ਜਿਹੜੀ ਫਾਈਲ ਹੈ, ਉਹ ਲੱਗ ਨਹੀਂ ਸਕਦੀ। ਇੱਕ ਹੋਰ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਅਗਰ ਇਲੈਕਟ੍ਰੀਸ਼ੀਅਨ ਦਾ ਜੋਬ ਤੁਹਾਡੇ ਕੋਲ ਅਗਰ ਅਗਰ ਸਕਿੱਲਡ ਹੈ ਵੀ, ਅਗਰ ਕਿਉਂਕਿ ਇਹ ਟ੍ਰੇਡ ਆਕੂਪੇਸ਼ਨ ਹੈ ਇਨ ਕੈਨੇਡਾ, ਇਹਦੇ ਲਈ ਤੁਹਾਨੂੰ ਜੋਬ ਆਫਰ ਦੀ ਲੋੜ ਹੈ ਕੈਨੇਡੀਅਨ ਕੰਪਨੀ ਤੋਂ। ਜਦ ਤੱਕ ਕੈਨੇਡੀਅਨ ਕੰਪਨੀ ਤੋਂ ਜੋਬ ਆਫਰ ਨਹੀਂ ਮਿਲਦੀ, ਉਹ ਫਾਈਲ ਕਬੂਲੀ ਨਹੀਂ ਹੁੰਦੀ। ਐਕਚੁਅਲੀ ਉਹ ਅੰਦਰ ਅੰਦਰ ਸਿਸਟਮ 'ਚ ਐਂਟਰ ਕਰ ਨਹੀਂ ਸਕਦੀ। ਡੈਟਸ ਵਨ ਆਫ ਦਾ ਬਿਗੈਸਟ ਪ੍ਰੋਬਲਮ। ਸਹੀ, ਹੁਣ ਫਿਰ ਕੇ ਸਾਰਾ ਸਾਰਾ ਮਸਲਾ ਖੜਾ ਹੈ ਐਜੂਕੇਸ਼ਨ ਐਂਡ ਐਕਸਪੀਰੀਅੰਸ 'ਤੇ। ਇੱਕ ਹੋਰ ਵੱਡੀ ਪ੍ਰੋਬਲਮ ਇੱਕ ਹੋਰ ਆਉਣ ਵਾਲੀ ਹੈ ਜਿਹਦੇ ਬਾਰੇ ਆਪਾਂ ਗੱਲ ਨਹੀਂ ਕੀਤੀ, ਉਹਦੇ ਵਿੱਚ ਹੈ ਕਿ ਵੀ ਤੁਸੀਂ ਇੰਗਲਿਸ਼ ਦਾ ਟੈਸਟ ਲੈਣਾ। ਹਾਂਜੀ, ਠੀਕ ਹੈ, ਸੌਰੀ ਤੁਹਾਨੂੰ ਥੋੜਾ ਜਿਹਾ ਮੈਂ ਦੱਸ ਰਹਾ ਵਾਂ ਹਾਂ ਕਿ ਉਹ ਇੱਕ ਬ੍ਰਿਟਿਸ਼ ਕੌਂਸਲ ਨੇ ਆਈਲੈਟਸ ਦੀ ਇੱਕ ਐਪਲੀਕੇਸ਼ਨ ਨੇ, ਸ਼ਾਇਦ ਤੁਸੀਂ ਵੇਖੀ ਹੋਏਗੀ ਜਾਂ ਨਹੀਂ, ਇੱਕ ਐਪਲੀਕੇਸ਼ਨ ਪਲੇ ਸਟੋਰ ਦੇ ਉੱਤੇ ਮਿਲਦੀ ਹੈ, ਕਿਉਂਕਿ ਹੁਣ ਉਹਨਾਂ ਕੰਪਿਊਟਰਾਈਜ਼ ਸਾਰਾ ਸ਼ੁਰੂ ਕੀਤਾ ਨਾ ਇੱਥੇ, ਤੇ ਇੱਕ ਐਪਲੀਕੇਸ਼ਨ ਹੈ ਜਿਹਦੇ ਤੋਂ ਤੁਸੀਂ ਪਹਿਲੋਂ ਮਤਲਬ ਆਪਣੇ ਟ੍ਰਾਇਲ ਕਰ ਸਕਦੇ ਹੋ, ਥੋੜੀ ਜਿਹੀ ਕਵਰੀ ਕਰ ਸਕਦੇ ਹੋ, ਉਸ ਤੋਂ ਬਾਅਦ ਤੁਸੀਂ ਉੱਥੋਂ ਹੀ ਮਤਲਬ ਆਪਣੇ ਨਜ਼ਦੀਕੀ ਜਿਹੜਾ ਵੀ ਕਰੀਬ ਬ੍ਰਿਟਿਸ਼ ਕੌਂਸਲ ਉੱਥੇ ਆਪਣਾ ਟੈਸਟ ਬੁੱਕ ਕਰ ਸਕਦੇ ਹੋ। ਉਹ ਸਾਰੀ ਗੱਲਾਂ ਠੀਕ ਹੈ ਸਰ, ਠੀਕ ਹੈ, ਲੇਕਿਨ ਉਹ ਚਾਰੋ ਜਿਹੜੀ ਰਿਕੁਆਇਰਮੈਂਟ ਤੁਸੀਂ ਪੂਰੀ ਕਰ ਨਹੀਂ ਸਕੋਗੇ, ਮੈਨੂੰ ਪਤਾ ਹੈ। ਇਮੀਗ੍ਰੇਸ਼ਨ ਇਮੀਗ੍ਰੇਸ਼ਨ ਲਈ ਜਿਹੜੀ ਚਾਰੋ ਰਿਕੁਆਇਰਮੈਂਟ ਹੈ, ਜਿਹੜਾ ਤੁਸੀਂ ਅਹਿਮਦ ਹੁਸੈਨ ਦਾ ਨਾਮ ਲਿਆ, ਜਗਮੀਤ ਸਿੰਘ ਦਾ ਨਾਮ ਲਿਆ, ਹੋਰ ਬਾਕੀ ਦਾ ਨਾਮ ਲਿਆ, ਇਹ ਸਾਰੇ ਇਹਨਾਂ ਦੀ ਹੁਣ ਸਾਡੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਵੀ ਉਹਦੇ ਬਾਰੇ ਜ਼ਿਕਰ ਕੀਤਾ ਜਾਏ ਕਿ ਉਹ ਕਿਸ ਤਰ੍ਹਾਂ ਕਾਮਯਾਬ ਹੋਏ। ਐਵਰੀਬਡੀ ਹੈਜ਼ ਅ ਡਿਫਰੈਂਟ ਸਟੋਰੀ, ਉਹਨਾਂ ਦੀ ਸਟੋਰੀ ਕੁਝ ਵੱਖਰੀ ਹੈ। ਹਾਂ ਸਹੀ, ਪਰ ਜਿਹੜਾ ਜਿਹੜਾ ਇਮੀਗ੍ਰੇਸ਼ਨ ਦਾ ਸੁਪਨਾ ਇਸ ਵਕਤ ਤੁਹਾਡੇ ਜਿਹੜੇ ਦਿਮਾਗ 'ਚ ਘੁੰਮ ਰਿਹਾ ਨਾ, ਉਹਦੇ ਲਈ ਤਿਆਰੀ ਤੁਹਾਡੀ ਹੈ ਨਹੀਂ, ਇੱਕ ਜਿਹੜੀ ਮੇਨ ਰਿਕੁਆਇਰਮੈਂਟਸ ਹੈ ਉਹ ਤੁਸੀਂ ਪੂਰੀ ਨਹੀਂ ਕਰ ਰਹੇ। ਸੋ ਉਹ ਆਪਾਂ ਚੈਪਟਰ ਥੋੜ੍ਹੇ ਟਾਈਮ ਲਈ ਉਹਨੂੰ ਕਲੋਜ਼ ਕਰਕੇ ਪਾਸੇ ਕਰਦੀ ਹੈ। ਦੂਸਰਾ, ਅਗਰ ਕੋਈ ਤੁਹਾਨੂੰ ਜੋਬ ਆਫਰ ਮਿਲਦੀ ਹੈ, ਅਗਰ ਕੋਈ ਵੀ ਜੋਬ ਆਫਰ ਮਿਲਦੀ ਹੈ ਤੁਹਾਡੇ ਆਪਣੇ ਏਰੀਆ, ਇਲੈਕਟ੍ਰੀਸ਼ੀਅਨ ਜਾਂ ਇਲੈਕਟ੍ਰੀਸ਼ੀਅਨ ਅਸਿਸਟੈਂਟ ਜਾਂ ਸਮਥਿੰਗ, ਕੋਈ ਵੀ ਇਸ ਤਰ੍ਹਾਂ ਕੋਈ ਹੈਲਪਰ ਵੁਲਪਰ ਇਸ ਤਰ੍ਹਾਂ ਜੋਬ ਮਿਲਦੀ ਹੈ, ਉਹ ਮਿਲੇਗੀ LMIA ਥਰੂ, ਤਾਂ ਹੀ ਤੁਹਾਡਾ ਕੈਨੇਡਾ ਆਉਣਾ ਹੋਏਗਾ ਔਨ ਅ ਵਰਕ ਪਰਮਿਟ। ਵਰਕ ਪਰਮਿਟ 'ਤੇ ਤੁਸੀਂ ਆ ਕੇ ਆਪਣਾ ਕੰਮ ਕਰਕੇ, ਨੌਕਰੀ ਕਰਕੇ ਤਨਖਾਹ ਕਮਾਓਗੇ, ਫਿਰ ਹੌਲੀ ਹੌਲੀ ਫਿਰ ਪੱਕੇ ਹੋਗੇ। ਇੱਕ ਸਟਾਰਟਿੰਗ ਸਟੈਪਿੰਗ ਸਟੋਨ ਹੈ। ਸਵਾਲ ਇਹ ਹੈ ਕਿ ਨੌਕਰੀ ਦੇਗਾ ਕੌਣ ਤੁਹਾਨੂੰ? ਸਹੀ, ਨਾ ਤਾਂ ਮੇਰੇ ਕੋਲ ਕੋਈ ਨੌਕਰੀ ਹੈ ਕਿਸੇ ਮਤਲਬ ਕਿਸੇ ਨੂੰ ਮੈਂ ਔਫਰ ਕਰ ਸਕਦਾ, ਨਾ ਮੈਂ ਕਿਸੇ ਨੂੰ ਤੁਹਾਨੂੰ ਰੈਫਰ ਕਰ ਸਕਦਾ ਕਿ ਵੀ ਫਲਾਨੇ ਕੋਲ ਚਲੇ ਜਾਓ ਵੀ ਉਹ ਤੁਹਾਨੂੰ ਨੌਕਰੀ ਦੇਗਾ, ਉਹ ਵੀ ਮੇਰੇ ਕੋਲ ਹੈ ਨਹੀਂ ਇੰਤਜ਼ਾਮ। ਹਾਂ, ਅਗਰ ਤੁਹਾਡੇ ਕੋਲ ਕੋਈ ਨੌਕਰੀ ਦਾ ਇੰਤਜ਼ਾਮ ਹੁੰਦਾ ਹੈ, ਕਿ ਤੁਹਾਡੇ ਕੋਈ ਵਾਕਿਫ ਜਾਂ ਕੋਈ ਦੋਸਤ ਜਾਂ ਰਿਸ਼ਤੇਦਾਰ ਹੈ, ਕਿਸੇ ਵੀ ਤਰੀਕੇ ਨਾਲ ਹੁੰਦਾ ਹੈ, ਉਹ ਮੈਂ ਡਾਕੂਮੈਂਟ ਤੁਹਾਡੇ ਚੈੱਕ ਕਰਕੇ ਤੁਹਾਨੂੰ ਦੱਸ ਸਕਦਾ ਕਿ ਹਾਂ ਵੀ ਉਹ ਸਹੀ ਸਹੀ ਚੀਜ਼ ਹੈ ਕਿ ਇਹਦੇ ਨਾਲ ਵਰਕ ਪਰਮਿਟ ਤੁਹਾਨੂੰ ਮਿਲ ਜਾਏਗਾ। ਸੋ ਇਹ ਹੈ ਸੈਕਿੰਡ ਸਟੇਜ ਪ੍ਰੋਬਲਮ। ਮੈਂ ਤੀਸਰੀ ਵੀ ਕਰ ਰਿਹਾ, ਫਿਰ ਤੁਸੀਂ ਸਵਾਲ ਪੁੱਛ ਦੇਣਾ। ਸੋ ਸੈਕਿੰਡ ਤਰੀਕਾ ਜਿਹੜਾ ਆਪਾਂ ਗੱਲ ਕੀਤਾ ਜੀ, ਉਹ ਹੈ ਵਰਕ ਪਰਮਿਟ, ਦੈਟ ਮੀਨਸ ਕਿ ਇੰਪਲੋਏ ਦੇ ਥਰੂ ਵਰਕ ਪਰਮਿਟ ਮਿਲੇਗਾ। ਜਿਹੜਾ ਜਿਹੜਾ ਤੀਸਰਾ ਹੈ ਨਾ, ਕਿ ਤੁਸੀਂ ਪੜ੍ਹਾਈ ਕਰਕੇ ਆਉਣਾ ਇੱਥੇ, ਸਟੱਡੀ ਕਰਨੀ ਹੈ, ਉਹਦੇ 'ਚ ਵੀ ਮੈਨੂੰ ਲੱਗਦਾ ਕਿ ਕਾਮਯਾਬੀ ਨਹੀਂ ਹੋਣੀ ਤੁਹਾਡੇ ਵੀਜ਼ਾ ਦੀ। ਉਹਦੀ ਵਜ੍ਹਾ ਹੈ, ਤੁਹਾਨੂੰ ਮੈਂ ਦੱਸਦਾ ਕਿਉਂ ਨਹੀਂ ਹੋਣਾ, ਕਿਉਂਕਿ ਜਿਹੜਾ ਵੀਜ਼ਾ ਆਫਿਸਰ ਬੈਠੇ ਨਾ ਤੁਹਾਡੇ, ਬੈਠੇ ਹਾਂ ਉੱਥੇ ਸਿੰਗਾਪੁਰ, ਕੈਨੇਡੀਅਨ ਹਾਈ ਕਮਿਸ਼ਨ ਸਿੰਗਾਪੁਰ ਬੈਠੇ ਹਾਂ, ਤੁਹਾਡੀ ਜਿਹੜੀ ਸਟੂਡੈਂਟ ਵੀਜ਼ਾ ਦੀ ਐਪਲੀਕੇਸ਼ਨ ਉਹਨਾਂ ਕੋਲ ਜਾਣੀ ਹੈ, ਤੇ ਤੁਹਾਨੂੰ ਮੈਂ ਦੱਸ ਲੱਗਿਆ ਕਿ ਵੀ ਉਹ ਕਿੱਦਾਂ ਸੋਚਣਗੇ। ਤੁਹਾਨੂੰ ਮੈਂ ਉਹ ਦੱਸ ਦਿੰਦਾ ਕਿ ਲੈਟਸ ਸੇ ਆਈ ਐਮ ਦ ਵੀਜ਼ਾ ਆਫਿਸਰ, ਮੈਂ ਕੀ ਸੋਚਾਂਗਾ ਤੁਹਾਡੇ ਬਾਰੇ। ਹਾਂ ਸਹੀ, ਮੈਂ ਖੁੱਲ ਕੇ ਦੱਸ ਰਿਹਾ ਜੇ ਤੁਹਾਨੂੰ ਲੱਗਦਾ। ਮੈਂ ਦੇਖਾਂਗਾ ਕਿ ਵੀ ਇਹ ਬੰਦਾ 9 ਸਾਲ ਤੋਂ ਕੰਮ ਕਰ ਰਿਹਾ ਹੈ ਇੱਥੇ ਮਲੇਸ਼ੀਆ, ਜੇ ਅਗਰ ਇਹਨੇ ਕੁਛ ਸਿੱਖਣਾ ਹੁੰਦਾ, ਜੇ ਪੜ੍ਹਾਈ ਕਰਨੀ ਹੁੰਦੀ ਤੇ ਮਲੇਸ਼ੀਆ ਹੀ ਕਰ ਸਕਦਾ ਸੀ ਜਾਂ ਸਿੰਗਾਪੁਰ ਕਰ ਸਕਦਾ ਸੀ, ਕੋਈ ਵੀ ਡਿਪਲੋਮਾ ਸਰਟੀਫਿਕੇਟ ਜਾਂ ਈਵਨ 12ਵੀਂ ਜੋ ਵੀ ਕੁਛ ਹੈ, ਸਾਰੇ ਇਹ ਸਾਰੇ ਸਾਰੇ ਕੁਛ ਪੜ੍ਹਾਈ ਦੇ ਸਾਰੇ ਸਿਲਸਿਲੇ ਸਿੰਗਾਪੁਰ, ਮਲੇਸ਼ੀਆ,
बहुत ही अवेलेबल हैं, इजी है। इनफैक्ट इंडियन स्टूडेंट या बाकी होर स्टूडेंट मलेशिया सिंगापुर आके पढ़ाई करते हैं, करते हैं राइट। सिंगापुर देख लो जाके, सिंगापुर काफ़ी बारहों स्टूडेंट आए हुए हैं। सो वो क्या स्पेशल वजह है कि भाई ये बंदा इतने मलेशिया छड़ के कनेडा पढ़ाई करने जा रहा है? पहला एक शक शक शुरू हो गया, नंबर वन। सही दूसरा, जो भी कोई कोई तुसी एडमिशन लोगे, एडमिशन ले एक तो हाई इंग्लिश का स्कोर लगना है, उस इंग्लिश का स्कोर पहला लग गया। आई एम लुकिंग एट एटलीस्ट 6 लेके चलो, तुसी मिनिमम 5 to 5, 5.5 या 6 लेके चलो, आईलेट्स का स्कोर लगना लगना है 100%। सही दूसरी रिक्वायरमेंट, तीसरी रिक्वायरमेंट, होर रिक्वायरमेंट है कि तुसी उत्थे पैसे बहुत ले जाने हैं, पैसे शो करने हैं। कोई भी कोर्स तुसी एक साल का करोगे, मैं एग्जाम्पल लेकर चला कि तुसी चार मेंबर हो, अगर ते चार मेंबर, अगर तीनों मेंबर इत्थे रह रहे हैं या पाकिस्तान जा वापस मुड़ते हैं, तुसी कल्ले जाओगे वैनकूवर लेट्स से, के तुसी क्या मिनिमम यू आर लुकिंग एट करीब करीब एक साल का करीब करीब 16,000 प्लस 10,000, करीब करीब 26, तो करीब करीब तुसी $30,000 लेके चलो, राइट। 30,000 डॉलर कैनेडियन डॉलर तुहाडे कोल इंतजाम होना चाहिए कैश, मतलब इन द बैंक अकाउंट, रियली रियल मनी, सही सही फिर जाके तुहाडी फाइल कितने अगे हुण तुरेगी। सही ये सारे जेडे रिक्वायरमेंट किस तरह पूरे होंगे ये तुसी दस सकते हो, क्योंकि अदरवाइज सानू स्टूडेंट वीजा नहीं मिलना। सही। हुण तुसी सवाल पूछ सकते हो इस बारे। अच्छा हुण मैं थोड़ा तुहानूं दस्सां, मैं ਤੁਹਾਡਾ ਜਿਹੜਾ ਚੈਨਲ ਹੈ ਨਾ ਉਹ ਮੈਂ ਤਕਰੀਬਨ ਪਿਛਲੇ 2 ਸਾਲ ਦੀਆਂ ਜਿਹੜੀਆਂ ਸਾਰੀਆਂ ਵੀਡੀਓਜ਼ ਨੇ ਉਹ ਵੇਖ ਚੁੱਕਿਆ ਵਾਂ। ਮੈਂ ਉਹਦੇ ਵਿੱਚ ਵੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਰਹਾ ਕਿ ਇੱਕ ਵੀਡੀਓ ਸੀ, ਮੈਨੂੰ ਉਹਦੇ 'ਤੇ ਬੜਾ ਹਾਸਾ ਹੁੰਦਾ ਹੈ। ਉਹ ਪੰਜਾਬ ਪਲੱਸ ਟੀਵੀ ਦੇ ਉੱਤੇ ਨਾ ਤੁਸੀਂ ਪ੍ਰੋਗਰਾਮ ਵਿੱਚ ਇੱਕ ਲਾਈਵ ਸੋ ਅਤੇ ਤੁਸਾਂ ਕਿਹਾ ਉਹ ਮਤਲਬ ਉਹ ਹੋਸਟ ਨੇ ਕਿਹਾ ਕਿ ਅੱਜ ਸਾਡੇ ਨਾਲ ਨੇ ਮਿਸਟਰ ਅਮਨਜੋਤ ਸਿੰਘ, ਇਹ ਉਹ ਕੈਨੇਡਾ ਦੇ ਲਾਇਰ ਨੇ, ਐਸਾ ਐਸਾ ਵੇ, ਤੇ ਤੁਸਾਂ ਕਿਹਾ ਹਾਂਜੀ ਮੈਂ ਨਮਸਕਾਰ ਕਰਨਾ ਸਾਰਿਆਂ ਇਮੀਗ੍ਰੇਸ਼ਨ ਪ੍ਰੇਮੀਆਂ ਨੂੰ ਜਿਹੜੇ ਇੰਨੀਆਂ ਟ੍ਰੈਵਲ ਕੰਪਨੀਆਂ ਨੂੰ ਰਨ ਕਰ ਰਹੇ ਨੇ, ਇੰਨੀਆਂ ਜਨਾਬ ਇਮੀਗ੍ਰੇਸ਼ਨਾਂ ਨੂੰ ਚਲਾ ਰਹੇ ਨੇ, ਮੁਲਕਾਂ ਦੀਆਂ ਜਿਹੜੇ ਨੇ ਨਾ ਕੰਮ ਉਹਨਾਂ ਦੇ ਸਿਰ ਤੇ ਚੱਲਦੇ ਨੇ ਪਏ, ਤੇ ਬਿਲਕੁਲ ਮੈਨੂੰ ਬੜਾ ਹਾਸਾ ਹੁੰਦਾ ਜਦੋਂ ਜਦੋਂ ਇੰਨੀਆਂ ਗੱਲ ਯਾਦ ਕਰਨਾ, ਮੈਨੂੰ ਬੜਾ ਹਾਸਾ ਹੁੰਦਾ। ਅੱਛਾ ਹੁਣ ਇੰਜ ਕੇ ਗੱਲ ਹੈ, ਮੈਂ ਤੁਹਾਨੂੰ ਦੱਸਣਾ ਕਿ ਐਕਸਪ੍ਰੈਸ ਇੰਟਰੀ ਜਿਹੜੀ ਹੈ, ਮੈਂ ਤੁਹਾਡੀ ਵੀਡੀਓ ਦੇਣਾ, ਐਕਸਪ੍ਰੈਸ ਇੰਟਰੀ ਨੂੰ ਤੇ ਅਸੀਂ ਖਾਨੇ ਤੋਂ ਬਿਲਕੁਲ ਹੀ ਕੱਢ ਦਈਏ, ਠੀਕ ਹੈ ਜੀ? ਓਕੇ ਓਕੇ ਇਹ ਮੈਂ ਆਪਣੇ ਜ਼ਿਹਨ ਵਿੱਚ ਵੀ ਕੱਢ ਚੁੱਕਿਆ ਹਾਂ, ਠੀਕ ਹੈ। ਐਕਸਪ੍ਰੈਸ ਇੰਟਰੀ ਨੂੰ ਅਸੀਂ ਫਰਕ ਕਰ ਦਿੰਦੇ ਹਾਂ। ਅੱਛਾ ਸੈਲਫ ਇੰਪਲੋਇਮੈਂਟ ਤੇ ਜਾਂ ਕਿ ਇੰਟਰਪ੍ਰੀਨਰਸ਼ਿਪ ਤੇ, ਐਟਲਾਂਟਿਕ ਐਮੀਗ੍ਰੇਸ਼ਨ ਪਾਇਲਟ ਪ੍ਰੋਗਰਾਮਸ ਨੇ, ਓਨਰ ਆਪਰੇਟਰ ਨੇ, ਜਿਨ੍ਹਾਂ ਦੀ ਰੀਸੈਂਟਲੀ ਤੁਹਾਡੀ ਵੀਡੀਓ ਇੱਕ ਆਈ ਸੀ ਓਨਰ ਆਪਰੇਟਰ ਦੀ, ਠੀਕ ਹੈ ਜੀ, ਕਿ ਓਨਰ ਆਪਰੇਟਰ ਜਿਹੜੇ ਨੇ ਉਹ ਤੁਸੀਂ ਕਰੋ, ਉਹਦੇ ਵਿੱਚ ਮਤਲਬ ਬਹੁਤ ਜ਼ਿਆਦਾ ਮਿਨੀਮਮ ਐਜੂਕੇਸ਼ਨ ਵੀ ਮਤਲਬ 12ਵੀਂ ਵੀ ਤਕਰੀਬਨ ਸ਼ਾਇਦ ਚੱਲ ਜਾਏਗੀ, ਪੈਸਾ ਹੋਣਾ ਚਾਹੀਦਾ, ਠੀਕ ਹੈ ਜੀ, ਇਸ ਤਰ੍ਹਾਂ ਹੀ ਹੈ। ਹੁਣ ਉਹ ਅਸੀਂ ਐਕਸਪ੍ਰੈਸ ਇੰਟਰੀ ਨੂੰ ਬਿਲਕੁਲ ਹੀ ਖਾਨਿਓਂ ਕੱਢ ਦਿੰਦੇ ਹਾਂ, ਮੈਂ ਉਹਦੀ ਸੋਚਦਾ ਵੀ ਨਹੀਂ ਐਕਸਪ੍ਰੈਸ ਇੰਟਰੀ ਦੇ, ਮੈਂ ਮਤਲਬ ਨਹੀਂ ਉਹ ਐਲੀਜੀਬਲ ਉਸ ਮਤਲਬ ਕੈਟਾਗਰੀ ਦੇ ਵਾਸਤੇ। ਮੈਂ ਸਿਰਫ ਇਹ ਸੋਚਣਾ ਵਾ ਕਿ ਫੋਰ ਐਗਜ਼ਾਮਪਲ ਮੈਂ ਮਕਸਦ ਇਹ ਸੀ ਕਿ ਮੈਂ ਹੁਣ ਥੋੜ੍ਹੀ ਜਿਹੀ ਲੰਮੀ ਸੋਚ ਕੇ ਬੈਠਾ ਵਾਂ, ਸਿੱਧੀ ਜਿਹੜੀ ਗੱਲ ਹੈ ਕਿ ਮੈਨੂੰ ਕੋਈ ਹਰੀ ਨਹੀਂ, ਮੈਂ ਕੋਈ ਕਾਲੀ ਚ ਨਹੀਂ ਹੈ, ਠੀਕ ਹੈ ਜੀ। ਦੂਸਰੇ ਨੰਬਰ ਤੇ ਜਿਹੜੀ ਤੁਸੀਂ ਇੰਗਲਿਸ਼ ਦੀ ਗੱਲ ਕਰਦੇ ਹੋ ਨਾ, ਉਹ ਇੰਗਲਿਸ਼ ਦੀ ਉਹ ਐਪਲੀਕੇਸ਼ਨ ਦਾ ਜਿਹੜਾ ਮੈਂ ਤੁਹਾਨੂੰ ਜ਼ਿਕਰ ਕੀਤਾ ਵੇ, ਉਹ ਬ੍ਰਿਟਿਸ਼ ਕੌਂਸਲ ਦੀ ਹੈ, ਉਹਦੇ ਤੇ ਮੈਂ ਟੈਸਟ ਦੇ ਚੁੱਕਿਆ, ਮੇਰਾ ਸਰਕਾਰ 7.00 ਜਿਹੜਾ ਹੈ ਉਹ ਸਕੋਰ ਜੇ। ਦੈਟਸ ਗੁੱਡ, ਵਧੀਆ ਹਾਂਜੀ ਵੀਰੇ, 7.0 ਸਕੋਰ, ਠੀਕ ਹੈ, ਬਹੁਤ ਅੱਛਾ। ਹਾਂਜੀ 7.00 ਬੈਂਡ ਆਏ ਨੇ ਮੇਰੇ ਉਹਨਾਂ ਦੇ ਉੱਤੇ ਜਿਹੜੀ ਬ੍ਰਿਟਿਸ਼ ਕੌਂਸਲ ਦੀ ਐਪ ਹੈ ਉਹ। ਜੇ ਤੁਸੀਂ ਲਿੰਕ ਸ਼ਾਇਦ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਜੇ ਤੁਹਾਨੂੰ ਚਾਹੀਦਾ ਹੋਵੇ ਤੇ, ਕੋਈ ਨਹੀਂ, ਅਗਰ ਮਤਲਬ ਉਹਨਾਂ ਅਗਰ ਦੀ ਤੇ ਅਫੀਸ਼ੀਅਲ ਹੈ, ਉਹਨਾਂ ਦੀ ਅਫੀਸ਼ੀਅਲ ਐਪ ਹੈ ਪਲੇ ਸਟੋਰ ਦੇ ਉੱਤੇ। ਸਮਝ ਗਿਆ, ਦੇਖੋ ਇਸ ਤਰ੍ਹਾਂ ਹੈ ਬਾਜੋ ਸਾਹਿਬ, ਇਸ ਤਰ੍ਹਾਂ ਹੈ, ਅਗਰ ਅਗਰ ਤੁਹਾਡੀ ਇੰਗਲਿਸ਼ ਹਾਈ ਹੈ, ਵਿਚ ਯੂ ਸੈਡ ਕਿ 7.0 ਤੱਕ ਹੈ, ਹਾਂ ਦੂਸਰਾ ਤੁਹਾਡੇ ਕੋਲ ਪੈਸਾ ਕਿੰਨਾ ਹੈ ਸ਼ੋ ਕਰਨ ਲਈ, ਹਾਂ ਪੈਸਾ ਸਹੀ। ਕਿੰਨਾ ਹੈ? ਅੱਛਾ ਮੈਂ ਉਹ ਦੱਸਣਾ ਤੁਹਾਨੂੰ ਥੋੜੀ ਜਿਹੀ ਗੱਲ ਦੱਸਣਾ ਵਾ ਹਾਂ ਤੇ, ਅੱਛਾ ਉਹ ਅਸੀਂ ਐਕਸਪ੍ਰੈਸ ਇੰਟਰੀ ਜਿਹੜੀ ਏ ਉਹਨੂੰ ਅਸੀਂ ਬਿਲਕੁਲ ਖਾਨਿਓਂ ਖਾਰਜ ਕਰ ਦਿੰਨੇ ਆ, ਅਸੀਂ ਇੰਟਰਪ੍ਰੀਨਰਸ਼ਿਪ ਜਿਹੜੀ ਏ ਉਹਦੇ ਉੱਤੇ ਵੀ, ਉਹ ਜਿਵੇਂ ਤੁਹਾਡੇ ਵੀਡੀਓ ਤੋਂ ਮੈਨੂੰ ਪਤਾ ਲੱਗਾ ਕਿ ਤਕਰੀਬਨ ਜਿਹੜਾ ਮਿਨੀਮਮ ਹੈ ਕੋਈ 3-4 ਲੱਖ ਜਿਹੜਾ ਵੇ ਕੈਨੇਡਾ ਡਾਲਰ ਚਾਹੀਦਾ ਹੈ, ਤਦ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਪੂਰੇ ਹੁੰਦੇ ਹੋ, 2-3-4 ਲੱਖ ਕੈਨੇਡੀਅਨ ਡਾਲਰ। ਅੱਛਾ
ਓਨਰ ਆਪਰੇਟਰ, ਓਨਰ ਆਪਰੇਟਰ ਦੇ ਵਿੱਚ ਵੀ ਮਤਲਬ ਚੱਲਦਾ ਹੈ, ਉਹਦੇ ਵਿੱਚ ਵੀ ਪੈਸੇ, ਮਤਲਬ ਜਿਵੇਂ ਆਖੀਦਾ ਮਿਨੀਮਮ ਜਿਹੜਾ ਕੋਈ $1 ਲੱਖ ਉਹਦੇ ਵਿੱਚ ਵੀ ਚਾਹੀਦਾ, ਠੀਕ ਹੈ ਜੀ। ਅੱਛਾ, ਮੈਂ ਇੱਥੇ ਮੇਰੇ ਦੋ ਸਵਾਲ ਨੇ, ਦੋ ਕੰਸਰਨ, ਮਤਲਬ ਮੇਰਾ ਇਹ ਵੀ ਅਸੀਂ ਐਕਸਪੀਰੀਅੰਸ ਇੰਟਰੀ ਦਾ ਮੈਂ ਬਿਲਕੁਲ ਸੋਚਦਾ ਵੀ ਨਹੀਂ ਹੈ ਸਿੱਧੀ ਜਿਹੜੀ ਗੱਲ ਤੇ, ਹੋਰ ਦੂਸਰੇ ਇੰਟਰਪ੍ਰੀਨਰ ਨੇ ਬਾਕੀ ਸਾਰੇ ਜੌਬ ਦਾ, LMIA, LMIA ਦਾ ਮਤਲਬ ਇਹ ਕਿ 99% ਨਹੀਂ ਮਿਲੇਗਾ, ਇੰਪੋਸੀਬਲ ਕਿ ਤੁਸੀਂ ਕੈਨੇਡਾ ਤੋਂ ਬਾਹਰ, ਉੱਥੇ ਅੰਦਰ ਕੈਨੇਡਾ ਦੇ ਚੱਲਦਾ ਹੈਗਾ ਬਿਜ਼ਨਸ ਉਹਨਾਂ ਦਾ, ਜਾਂ ਜੋ ਵੀ ਰੇਟ ਉਹ ਵੇਚਦੇ ਹੋਣਗੇ, ਜਾਂ ਜੋ ਵੀ ਚੱਲਦਾ ਹੈਗਾ, ਲੇਕਿਨ ਕੈਨੇਡਾ ਤੋਂ ਬਾਹਰ ਕੋਈ ਕੰਪਨੀ ਜੈਨੂਅਲੀ ਕਿਸੇ ਨੂੰ LMIA ਦੇਵੇ, ਇਹ ਤਕਰੀਬਨ ਨਾਮੁਮਕਿਨ ਜੀ ਗੱਲ, ਇੰਪੋਸੀਬਲ ਹੈ, ਠੀਕ ਹੈ ਜੀ। ਮੈਂ LMIA ਦੇ ਬਾਰੇ ਚ ਵੀ ਨਹੀਂ ਸੋਚਦਾ। ਠੀਕ ਹੈ। ਅੱਛਾ, ਮੈਂ ਸੋਚਣਾ ਕੀ ਹੈ, ਮੈਂ ਸੋਚਣਾ ਇਹ ਵਾ ਕਿ ਫੋਰ ਐਗਜ਼ਾਮਪਲ ਮੈਂ ਕਰਨਾ ਵਾ ਆਪਣਾ ਇਹ ਓਪਨ ਯੂਨੀਵਰਸਿਟੀ ਤੋਂ ਪਹਿਲਾਂ ਮੈਂ ਆਪਣੀ 12ਵੀਂ ਕੰਪਲੀਟ ਕਰਨਾ, ਫੋਰ ਐਗਜ਼ਾਮਪਲ ਕਿ ਮੈਂ ਆਪਣੀ ਓਪਨ ਯੂਨੀਵਰਸਿਟੀ ਤੋਂ 12ਵੀਂ ਕੰਪਲੀਟ ਕਰਨਾ, 2 ਸਾਲ ਲੱਗਦੇ ਨੇ, ਨੋ ਪ੍ਰੋਬਲਮ, ਨੋ ਵਰੀਜ਼। ਅੱਛਾ, 2 ਸਾਲ ਤੋਂ ਬਾਅਦ ਮੈਂ ਫੋਰ ਐਗਜ਼ਾਮਪਲ ਜਦੋਂ ਕਿ ਮੈਂ 37 ਦਾ, ਜੇ ਮੈਂ ਜ਼ਿੰਦਾ ਰਿਹਾ ਤੇ, ਜੇ ਮੈਂ ਮਤਲਬ 37 ਦਾ ਹੋ ਚੁੱਕਿਆ ਹੋਵਾਂਗਾ, ਠੀਕ ਹੈ ਜੀ, ਤੇ ਉਹ 4 ਬੱਚੇ ਹੋਣਗੇ, ਮੇਰੀ ਵਾਈਫ ਹੋਏਗੀ, ਠੀਕ ਹੈ, ਤੇ ਉਹ ਮੈਂ ਅਗਰ 30,000, ਮਤਲਬ ਫੋਰ ਐਗਜ਼ਾਮਪਲ ਜਿਵੇਂ ਕਿ ਤੁਸੀਂ ਕਿਹਾ $30,000 ਹੋਣੇ ਚਾਹੀਦੇ ਨੇ ਕੈਸ਼, ਤੇ ਫਿਰ ਮਤਲਬ ਕਿਉਂਕਿ ਸਾਲ ਦੀ ਜਿਹੜੀ ਫੀਸ ਹੈ ਉਹ ਹੀ 15-16-17,000 ਰੁਪਈਏ, ਠੀਕ ਹੈ ਜੀ, ਅਗਰ ਮੈਂ ਕੋਈ ਇਲੈਕਟ੍ਰੀਸ਼ਨ ਡਿਪਲੋਮਾ ਦਾ ਕੋਰਸ ਲੈਣਾ। ਅੱਛਾ, ਹੁਣ ਕਾਲਜ ਤੋਂ ਫੋਰ ਐਗਜ਼ਾਮਪਲ ਅਪਰੂਵ ਹੋ ਵੀ ਜਾਂਦਾ ਹੈ, ਆਇਆ ਕਿ ਅਗਰ ਤੁਸੀਂ ਇਮੀਗ੍ਰੇਸ਼ਨ ਅਫੀਸਰ ਹੋ, ਤੁਹਾਡੇ ਕੋਲ ਮੇਰੀ ਫਾਈਲ ਜਾਂਦੀ ਹੈ, ਫੋਰ ਐਗਜ਼ਾਮਪਲ ਇੱਕ 4 ਬੱਚਿਆਂ ਵਾਲੇ ਬੰਦੇ ਦੀ, ਠੀਕ ਹੈ ਜੀ, ਤੇ 9 ਸਾਲ ਜਾਂ 10 ਸਾਲ ਦੇ ਸਕਿਲਡ, ਮੇਰੇ ਕੋਲ ਸਹੀ, ਮੈਂ ਰੈੱਡ ਸੀਲ ਦਾ ਕੰਮ ਕਰਨ, ਮੇਰੇ ਕੋਲ ਸਿਰਫ ਇਹ ਵੇ ਕਿ ਕੋਈ ਜਿਵੇਂ ਆਖੀਦਾ ਉਹ ਜੱਟਾਂ ਵਾਲੀ ਸੋਚ ਪੁਰਾਣੀ ਰਹੀ ਹੈ ਕਿ ਸਾਨੂੰ ਕੁਛ ਸ਼ੌਕ ਨਹੀਂ ਰਿਹਾ ਰਿਕਾਰਡ ਰੱਖਣ ਦਾ ਨਾ, ਤੇ ਉਹ ਇਹੀ ਥੋੜੀ ਜਿਹੀ ਪ੍ਰੋਬਲਮ ਹੈ ਸਾਡੇ, ਤੇ ਇਸ ਵਜ੍ਹਾ ਤੋਂ। ਅੱਛਾ, ਉਹ ਮੈਂ ਐਕਸਪੀਰੀਅੰਸ ਲੈਟਰ ਵੀ ਸਾਰੇ ਇਕੱਠੇ ਕਰਨਾ ਵਾ, $30,000 ਜਿਹੜਾ ਵੇ ਕੈਨੇਡੀਅਨ ਡਾਲਰ ਵੀ ਹੈ ਉਹ ਮੈਂ ਫੀਸ ਪੇ ਕਰਨਾ, ਮੈਂ 15-16 ਹਜ਼ਾਰ ਆਪਣੇ ਅਕਾਊਂਟ 'ਚ ਤੁਹਾਨੂੰ ਵਿਖਾਉਣਾ, ਮੈਂ ਆਪਣੇ ਰਿਕਾਰਡ 'ਚ ਲਿਖਣਾ ਕਿ ਇੱਕ ਮੇਰੀ ਵਾਈਫ ਹੈ, 4 ਬੱਚੇ ਨੇ, 37 ਈਅਰ ਮੇਰੀ ਓਲਡ ਏ, ਇਲੈਕਟ੍ਰੀਸ਼ਨ ਦਾ ਮੈਂ ਉੱਥੇ ਕੋਰਸ ਕਰਨ ਚਲਾ ਵਾਂ, ਇਹ ਫਲਾਣੇ ਵੈਨਕੂਵਰ 'ਚ ਜਾਂ GTA 'ਚ ਜਾਂ ਮੈਨੀਟੋਬਾ 'ਚ ਜਾਂ ਵਿਨੀਪੈਗ 'ਚ ਕਿਤੇ ਵੀ, ਮਤਲਬ ਮੈਨੂੰ ਇਹ ਕਾਲਜ ਨੇ ਐਡਮਿਸ਼ਨ ਦਿੱਤਾ ਹੈ, ਆਇਆ ਕਿ ਤੁਸੀਂ ਮੈਨੂੰ ਵੀਜ਼ਾ ਦਿਓਗੇ ਕਿ ਨਹੀਂ ਦਿਓ, ਜੇ ਅਗਰ ਤੁਸੀਂ ਮਤਲਬ ਵੀਜ਼ਾ ਅਫੀਸਰ। ਦੀ ਦੋ ਤਿੰਨ ਜਿਹੜੇ ਰਿਕੁਆਇਰਮੈਂਟ ਤੁਸੀਂ ਪੂਰੀ ਕਰ ਲੋਗੇ ਤੇ ਮੈਂ ਵੀਜ਼ਾ ਤੁਹਾਨੂੰ ਦੇ ਦੇਵਾਂਗਾ। ਨੰਬਰ 1, ਅੱਛਾ, ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣੇ ਵਾਈਫ ਨੂੰ ਬੱਚੇ ਨੂੰ ਸਾਰ ਨਾਲ ਲੈ ਜਾਓ। ਪਹਿਲਾਂ ਲੈਟਸ ਸੇ ਕਿ 1 ਸਾਲ ਦਾ ਕੋਰਸ ਹੈ, ਤੁਸੀਂ ਉਹਨਾਂ ਨੂੰ ਆਪਣਾ ਪਾਕਿਸਤਾਨ ਭੇਜ ਦਿਓ ਤੇ ਤੁਸੀਂ ਇੱਧਰ ਆ ਜਾਓ। ਦੈਟ ਇਜ਼ ਨੰਬਰ 1। ਸੋ ਓਕੇ, ਅਗਰ ਸਿੰਗਲ ਅਪਲਾਈ ਕਰੋਗੇ ਦੈਟ ਇਜ਼ ਅ ਪਲੱਸ ਫੈਕਟਰ ਨੰਬਰ 1। ਓਕੇ, ਦੂਸਰਾ, ਜੋ ਵੀ ਤੁਸੀਂ ਐਡਮਿਸ਼ਨ ਲੈ ਰਹੇ ਹੋ, ਕਰ ਰਹੇ ਹੋ, ਉਹਦਾ ਕੁਝ ਆਪਣਾ ਸਬੂਤ ਦਿਖਾਓ ਕਿ ਵੀ ਤੁਸੀਂ ਪੜ੍ਹਾਈ ਇੱਥੇ ਵੀ ਮਲੇਸ਼ੀਆ ਕਰ ਰਹੇ ਹੋ ਜਾਂ ਸਿੰਗਾਪੁਰ ਜਾਂ ਮਲੇਸ਼ੀਆ ਕਰ ਰਹੇ ਹੋ। ਸੋ ਇਸ ਕਰਕੇ ਮੇਰਾ ਮੇਰਾ ਮੰਨਣਾ ਇਹ ਹੈ ਕਿ ਤੁਸੀਂ ਹੁਣ ਤੋਂ ਹੀ ਇਹ ਕੁਛ ਨਾ ਕੁਛ ਪੜ੍ਹਾਈ ਵਿੱਚ ਐਨਰੋਲਮੈਂਟ ਕਰ ਲਓ। ਮਲੇਸ਼ੀਆ ਦੇ ਵਿੱਚ ਕੋਈ ਅਗਰ ਕੋਈ ਇਲੈਕਟ੍ਰੀਸ਼ਨ ਦਾ ਛੋਟਾ ਮੋਟਾ ਕੋਈ ਕੋਰਸ ਹੈ, ਕੋਈ ਸਰਟੀਫਿਕੇਟ ਹੈ, ਉਹ ਹੁਣ ਤੋਂ ਹੀ ਚਾਲੂ ਕਰ ਜਾਓ। ਕਿਉਂਕਿ ਜਦ ਤੁਸੀਂ 1 ਸਾਲ, ਲੈਟ ਅਸ ਅਸਿਊਮ ਕਿ ਤੁਸੀਂ 1 ਸਾਲ ਬਾਅਦ ਜਾਂ 6 ਮਹੀਨੇ ਬਾਅਦ ਤੁਸੀਂ ਅਪਲਾਈ ਕਰੋਗੇ ਕੈਨੇਡਾ, ਤੁਹਾਡੇ ਕੋਲ ਕੁਝ ਇੱਕ ਸਬੂਤ ਹੋ ਜਾਏਗਾ ਕਿ ਤੁਸੀਂ ਤੁਹਾਡੀ ਪੜ੍ਹਾਈ ਇੱਥੇ ਵੀ ਚੱਲ ਰਹੀ ਹੈ, ਸਹੀ, ਕੋਈ ਨਾ ਕੋਈ ਛੋਟੀ ਮੋਟੀ ਪੜ੍ਹਾਈ। ਅਗਰ ਇਹ ਦੋ ਤੁਸੀਂ ਫੈਕਟਰ ਕਰ ਲੋਗੇ ਤਾਂ ਵੀਜ਼ਾ ਦੇਣ 'ਚ ਕੋਈ ਪ੍ਰੋਬਲਮ ਨਹੀਂ, ਤੁਹਾਨੂੰ ਸਟੂਡੈਂਟ ਵੀਜ਼ਾ ਦੇਣ 'ਚ ਕੋਈ ਪ੍ਰੋਬਲਮ ਨਹੀਂ। ਸਹੀ, ਮੈਂ ਸੋ ਬਸ ਆਪਾਂ ਇਸ ਚੀਜ਼ ਨੂੰ ਹਾਂਜੀ, ਇਸ ਚੀਜ਼ ਨੂੰ ਇਸ ਚੀਜ਼ ਨੂੰ ਦੁਬਾਰਾ ਇੱਕ ਵਾਰ ਸਮਰਾਈਜ਼ ਕਰ ਲਈਏ, ਠੀਕ ਹੈ, ਜਸਟ ਟੂ ਬੀ ਸ਼ੋਰ ਕਿ ਵੀ ਮੇਰਾ ਮੈਸੇਜ ਕੀ ਹੈ, ਤੁਹਾਨੂੰ ਮੇਰਾ ਮੈਸੇਜ ਕੀ ਹੈ। ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਐਕਸਪ੍ਰੈਸ ਐਂਟਰੀ ਤੁਸੀਂ ਕੁਆਲੀਫਾਈ ਨਹੀਂ ਕਰਦੇ, ਜੋਬ ਆਫਰ ਹੈ ਨਹੀਂ ਹੈ, ਪੈਸਾ ਹੈ ਨਹੀਂ ਹੈ ਕਿ ਉੱਥੇ ਕੰਪਨੀ ਖੋਲਾਂ। ਮੇਰੇ ਕੋਲ ਐਕਸਪੀਰੀਅੰਸ ਬਹੁਤ ਹੈ, ਮੈਂ ਚਾਹੁੰਦਾ ਕਿ ਜਾ ਕੇ ਕੋਈ ਹੋਰ ਕੋਈ ਐਡਵਾਂਸ ਕੋਈ ਸਕਿੱਲ ਲੈ ਕੇ, ਕੋਈ ਇੰਡਸਟਰੀਲਾਈਜ਼ ਕੰਟਰੀ, ਕੋਈ ਕੈਨੇਡਾ ਜਾ ਕੇ ਕੋਈ ਉੱਥੇ ਇਲੈਕਟ੍ਰੀਕਲ ਟੈਕਨੋਲੋਜੀ ਵਾਲਾ ਉੱਥੇ ਕੋਈ ਮੈਂ ਕੋਈ ਸਕਿੱਲ ਸਿੱਖ ਕੇ ਮੈਂ ਕੰਮ ਕਰਾਂ। ਦਿਸ ਇਜ਼ ਮਾਈ ਐਂਬੀਸ਼ਨ, ਜਿਹੜਾ ਇੱਕ ਓਬਜੈਕਟਿਵ ਹੁੰਦਾ ਨਾ ਸਟੱਡੀ ਦਾ, ਇਹ ਲਿਖਿਆ ਜਾਂਦਾ। ਸੋ ਸੋ ਉਹਦੇ ਉਹਦੇ ਲਈ ਮੇਰੇ ਕੋਲ, ਮੈਂ ਵੀਜ਼ਾ ਅਫਸਰ ਨੂੰ ਕਹਿ ਰਿਹਾ, ਮੇਰੇ ਕੋਲ ਸਰ ਜੀ, ਮੇਰੇ ਕੋਲ ਇਹ ਇਹ ਮੇਰਾ ਐਕਸਪੀਰੀਅੰਸ ਹੈ, ਇਹ ਮੇਰਾ ਇੰਗਲਿਸ਼ ਸਕੋਰ ਹੈ, ਆਹ ਮੇਰਾ ਪੈਸਾ ਹੈ, ਠੀਕ ਹੈ, ਇਹ ਮੇਰੀ ਰਿਕੁਆਇਰਮੈਂਟ ਪੂਰੀ ਹੋ ਗਈ।
ਚੌਥਾ ਮੈਂ ਇੱਕ ਕੰਮ ਹੋਰ ਕਰ ਰਿਹਾ, ਜਿਹੜੀ ਮੇਰਾ ਐਜੂਕੇਸ਼ਨ ਮੇਰਾ ਸਮੇਂ ਲੰਘ ਚੁੱਕਿਆ ਪੁਰਾਣਾ, ਜਿਹੜਾ ਬਚਪਨ 'ਚ ਮੈਂ ਪੜ੍ਹਾਈ ਨਹੀਂ ਕੀਤੀ, ਹੁਣ ਮੈਂ ਪੜ੍ਹਾਈ ਕੰਟੀਨਿਊ ਚੱਲ ਰਹੀ ਹੈ, ਨਾਲ ਮੈਂ 12ਵੀਂ ਵੀ ਕਰ ਰਿਹਾ ਉੱਥੇ ਓਪਨ ਯੂ ਸਕੂਲ ਤੋਂ, ਇਹ ਵੀ ਚੱਲ ਰਹੀ ਹੈ। ਦੇਖੋ ਇਹ 12ਵੀਂ ਵੀ ਹੋ ਰਹੀ ਹੈ, ਹੋ ਗਈ ਹੈ, ਅਤੇ ਆਹ ਮੇਰਾ ਇੱਕ ਛੋਟਾ ਮੋਟਾ ਸਰਟੀਫਿਕੇਟ ਕੋਰਸ ਮੈਂ ਕਰ ਰਿਹਾ ਲੋਕਲ ਕੋਈ ਇਲੈਕਟ੍ਰੀਕਲ ਟੈਕਨੋਲੋਜੀ ਇੱਥੇ ਕੁਆਲਾਲੰਪੁਰ ਮੈਂ ਸਿੱਖ ਰਿਹਾ, ਆਹ ਦੇਖੋ ਉਹਦਾ ਵੀ ਮੇਰੇ ਕੋਲ ਮੁਕੰਮਲ ਇੱਕ ਸਰਟੀਫਿਕੇਟ ਹੈ। ਇਹ ਅਗਰ ਚਾਰੋਂ ਚੀਜ਼ ਤੁਹਾਡੇ ਕੋਲ ਹੋ ਜਾਣਗੀ, ਯੂ ਵਿਲ ਗੈਟ ਦ ਸਟੱਡੀ ਵੀਜ਼ਾ। ਸਹੀ ਸਟੱਡੀ ਵੀਜ਼ਾ ਮਿਲ ਜਾਏਗਾ, ਸਟੱਡੀ ਵੀਜ਼ਾ ਜਾ ਕੇ ਪੜ੍ਹੋ, 1 ਸਾਲ ਪੜ੍ਹੋ, ਜੋ ਵੀ ਕੁਝ ਪੜ੍ਹੋਗੇ, ਇੱਕ ਵਾਰ ਕੈਨੇਡਾ ਦਾਖਲ ਹੋ ਜਾਓਗੇ, ਨਵੇਂ ਨਵੇਂ ਆਈਡੀਆ ਮਿਲਦੇ ਆ ਉੱਥੇ ਜਾ ਕੇ, ਹੋ ਸਕਦਾ ਤੁਹਾਨੂੰ ਕੋਈ ਤੁਹਾਡੇ ਕੰਮ ਨੂੰ ਦੇਖ ਕੇ, ਤੁਹਾਡੇ ਜਜ਼ਬੇ ਨੂੰ ਦੇਖ ਕੇ ਕੋਈ ਤੁਹਾਨੂੰ ਨੌਕਰੀ ਉਦਾਂ ਹੀ ਦੇ ਦੇ, ਸ਼ਾਇਦ ਉਦਾਂ ਹੀ ਕਨਵਰਟ ਕਰਦੇ, ਡੈਟ ਇਜ਼ ਅ ਪੋਸਿਬਿਲਿਟੀ ਨਹੀਂ ਹੈ, ਤੇ 1 ਸਾਲ ਬਾਅਦ ਕੰਮ ਕਰਨ ਦੇ ਬਾਅਦ ਤੁਹਾਨੂੰ ਫਿਰ ਵਰਕ ਪਰਮਿਟ ਮਿਲੇਗਾ, ਫਿਰ ਤੁਸੀਂ ਫਿਰ ਤੇ ਹੌਲੀ ਹੌਲੀ ਤੁਸੀਂ ਸਟੈਪ ਬਾਏ ਸਟੈਪ ਪੱਕੇ ਵੀ ਹੋ ਹਾਂ ਜਾਓ। ਇੱਕ ਚੀਜ਼ ਹੋਰ ਹੈ, ਜਾਂ ਸਟੂਡੈਂਟ ਜਾਓਗੇ ਤੇ ਆਪਣੇ ਵਾਈਫ ਤੇ ਬੱਚੇ ਨੂੰ ਵੀ ਲਿਆ ਸਕਦੇ ਹੋ, ਬਸ਼ਰਤੇ ਕਿ ਤੁਹਾਡੇ ਕੋਲ ਪੈਸਾ ਹੈ, ਸਹੀ ਉਹਨਾਂ ਉਹ ਵੀ ਤੁਹਾਡੇ ਨਾਲ ਲਾ ਕੇ ਰਹਿ ਸਕਦੇ ਹੈ, ਇਸ ਕੋਈ ਪ੍ਰੋਬਲਮ ਨਹੀਂ ਕਿ ਆਉਣਗੇ ਨਹੀਂ ਆਉਣਗੇ। ਸੋ ਸਾਡਾ ਜਿਹੜਾ ਪ੍ਰੋਜੈਕਟ ਹੈ, ਤੁਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਕਰੋ ਕਿ ਇੰਗਲਿਸ਼ ਦਾ ਸਕੋਰ, ਆਈਲੈਟਸ ਦਾ ਸਕੋਰ ਲਓ, ਔਰ ਜਾ ਕੇ ਉਹਨਾਂ ਦਾ ਐਗਜ਼ਾਮ ਭਰ ਕੇ, ਜਿਹੜਾ 3-3 ਘੰਟੇ ਦਾ ਟੈਸਟ ਹੁੰਦਾ ਉਹ ਲਓ, ਹਾਂ ਆਪਣੀ ਬੈਂਕ ਸਟੇਟਮੈਂਟ ਦਰੁਸਤ ਕਰੋ। ਸਹੀ ਬੈਂਕ ਸਟੇਟਮੈਂਟ ਪਿਛਲੇ ਬੈਂਕ 6 ਮਹੀਨੇ ਦੀ ਬੈਂਕ ਸਟੇਟਮੈਂਟ ਲੱਗਣੀ ਹੈ, ਬੈਂਕ 6 ਮਹੀਨੇ ਦੀ ਬੈਂਕ ਸਟੇਟਮੈਂਟ ਕਿੰਨੇ ਪੈਸੇ ਐਡ ਐਡ ਐਂਡ ਡੈਬਿਟ ਐਂਡ ਕ੍ਰੈਡਿਟ ਹੋ ਰਹੇ, ਉਹ ਹਿਸਟਰੀ ਦੇਖਦੇ ਹਾਂ। ਸੋ ਵੀ ਨੀਡ ਕਲੋਜ਼ ਟੂ ਅਬਾਊਟ ਐਟਲੀਸਟ $25,000 ਤੋਂ ਚਾਹੀਦਾ ਹੀ ਚਾਹੀਦੇ ਆ, $25,000 ਤੁਸੀਂ ਆਪਣਾ ਇੱਕ ਟਾਰਗੇਟ ਰੱਖੋਗੇ, $25,000 Canadian ਚਾਹੀਦਾ ਬੈਲੈਂਸ, ਸਹੀ ਠੀਕ ਹੈ। ਸੋ ਅਤੇ ਆਪਣਾ ਓਪਨ ਸਕੂਲ ਵਾਲਾ ਜੋ ਵੀ ਕੁਛ ਹੈ ਉਹ ਆਪਣਾ ਆਪਣਾ ਕਰੋ, ਅਤੇ ਨਾਲ ਆਪਣਾ ਜਿੱਥੇ ਤੁਸੀਂ ਮਲੇਸ਼ੀਆ ਰਹਿ ਰਹੇ ਹੋ ਛੋਟਾ ਮੋਟਾ ਕੋਈ ਕੋਰਸ ਇੱਥੇ ਵੀ ਕਰੋ, ਪਤਾ ਲੱਗਣਾ ਚਾਹੀਦਾ ਸਟੂਡੈਂਟ ਨੂੰ, ਵੀਜ਼ਾ ਅਫਸਰ ਨੂੰ ਪਤਾ ਲੱਗਣਾ ਚਾਹੀਦਾ ਕਿ ਬੰਦਾ ਇਸ ਸਟੂਡੈਂਟ ਦੀ ਇੱਕ ਫਿਤਰਤ ਰੱਖਦਾ ਹੈ। ਸਹੀ ਅਦਰਵਾਈਜ਼ ਤੇ ਹਰੇਕ ਕੋਈ ਭੱਜਿਆ ਹੁੰਦਾ ਕਿ ਵੀ ਮੈਂ ਸਟੂਡੈਂਟ ਹੋ ਗਿਆ ਜੀ, ਫਲਾਨਾ ਹੋ ਗਿਆ, ਉਹ ਮੰਨਦੇ ਨਹੀਂ ਫਿਰ ਉਹ। ਜਦ ਤੱਕ ਤੁਸੀਂ ਇੱਥੇ ਆਪਣੇ ਆਪ ਨੂੰ ਸ਼ੋਅ ਨਹੀਂ ਕਰੋਗੇ, ਉਹ ਜਿਹੜੇ 12ਵੀਂ ਕਲਾਸ ਜਿਹੜੇ ਆ, ਫਿਰ ਤੁਸੀਂ ਕਿਹਾ 12ਵੀਂ ਕਲਾਸ ਵਾਲੇ ਨੂੰ ਸਟੂਡੈਂਟ ਵੀਜ਼ਾ ਝੱਟ ਇਸ ਕਰਕੇ ਮਿਲਦਾ ਕਿਉਂਕਿ ਉਹ ਪੜ੍ਹਾਈ ਦਾ ਕੰਟੀਨਿਊ ਚੱਲ ਰਿਹਾ ਉਹਨਾਂ ਦਾ ਸਿਲਸਿਲਾ। ਜਿਹੜਾ ਜਿਹੜਾ ਇਨਸਾਨ 15 ਸਾਲ ਤੋਂ ਪੜ੍ਹਿਆ ਨਹੀਂ, ਕਲਾਸ ਨਹੀਂ ਬੈਠਾ, ਉਹਦਾ ਕਹਿੰਦਾ ਮੈਂ ਮੰਨ ਲਿਆਂਗਾ ਕਿ ਵੀ ਉਹਨੇ ਸਟੂਡੈਂਟ ਬਣ ਜਾਣਾ ਵੈਂਕੂਵਰ ਜਾ ਕੇ। ਸੋ ਦੈਟ ਦੈਟ ਇਜ਼ ਦੀ ਮੇਨ ਪ੍ਰੋਬਲਮ। ਇਸ ਕਰਕੇ ਤੁਸੀਂ ਕੋਈ ਨਾ ਕੋਈ ਆਪਣੇ ਸਟੂਡੈਂਟ ਦਾ ਕੋਈ ਨਾ ਕੋਈ ਸਿਲਸਿਲਾ ਆਪਣਾ ਕੰਟੀਨਿਊ ਰੱਖੋ ਹੁਣ ਇਸ ਵਕਤ। ਅੱਛਾ ਇੱਥੇ ਹੁਣ ਉੱਥੇ ਹੁਣ ਮੈਂ ਥੋੜੇ ਦੋ ਇੱਥੇ ਹੋਰ ਕੁਐਸਚਨ ਨੇ। ਅੱਛਾ ਜੀ ਪਹਿਲਾ ਇੱਕ ਕੁਐਸਚਨ ਹੈ ਇਹ ਵੇ ਕਿ ਇਹਦੇ ਵਿੱਚ ਇਹ ਨਹੀਂ ਗੱਲ ਪਾਉਂਟ ਹੋਏਗੀ ਕਿ ਭਾਈ ਸਾਹਿਬ ਤੁਹਾਡੇ 4 ਬੱਚੇ ਨੇ ਤੇ ਇਹ ਪਿੱਛੋਂ ਕੀ ਕਰਨਗੇ ਜੀ, ਤੁਸੀਂ ਉੱਥੇ ਪੜ੍ਹਾਈਆਂ ਕਰਦੇ ਫਿਰੋਗੇ? ਮੈਂ ਜਵਾਬ ਤੁਹਾਨੂੰ ਇੱਥੇ ਦੇ ਦਿਆਂ। ਇਹ ਇਹ ਕੋਈ ਇਹ ਕਿਸੇ ਨੇ ਨਹੀਂ ਪੁੱਛਣਾ ਵੀ ਨਹੀਂ ਹੈ, ਨਾ ਕਿਸੇ ਨੇ ਕੋਈ ਉਹ ਓਬਜੈਕਸ਼ਨ ਦਾ ਕੋਈ ਲਾਈਨ ਦਾ, ਕਿਉਂਕਿ ਮੈਂ ਕਈ 100 ਹਜ਼ਾਰੋਂ ਐਪਲੀਕੇਸ਼ਨ ਦੇ ਚੁੱਕਿਆ ਆਪਣੇ ਕਰੀਅਰ ਵਿੱਚ, ਕਦੇ ਕਿਸੇ ਨੇ ਨਹੀਂ ਪੁੱਛਿਆ ਇਹ ਵੀ ਬੱਚੇ ਦਾ ਕੀ ਹੋਏਗਾ। ਹਾਂ ਵਾਈਫ ਆਪਣੇ ਘਰ ਰਹਿ ਰਹੀ ਹੈ, ਬੱਚੇ ਰਹਿ ਰਹੇ ਹੈ, ਬੱਚੇ ਵੀ ਸਕੂਲ ਪੜ੍ਹ ਰਹੇ, ਜੋ ਵੀ ਕਿੰਡਰਗਾਰਟਨ ਹੈ, ਜੋ ਵੀ ਸੈਕੰਡਰੀ ਸਕੂਲ ਪੜ੍ਹ ਰਹੇ, ਸੋ ਦੈਟ ਇਜ਼ ਓਕੇ, ਉਹਦੇ ਨਾਲ ਕੁਛ ਨਹੀਂ ਮਤਲਬ ਨਹੀਂ ਹੈ। ਇਸ ਵਕਤ ਮੇਰਾ ਮਕਸਦ ਹੈ ਕਿ ਮੈਂ ਆਪਣੀ ਤਾਲੀਮ ਹਾਸਲ ਕਰਕੇ ਆਪਣੀ ਤਰੱਕੀ ਕਰਾਂ, ਉਹਦੇ ਬਾਅਦ ਫਿਰ ਮੈਂ ਜਦ ਪੱਕਾ ਹੋਊਂਗਾ ਤਾਂ ਮੇਰੇ ਬੱਚੇ ਆ ਕੇ ਰਹਿਣਗੇ। ਸੋ ਇਹ ਰੀਜ਼ਨ ਜਿਹੜਾ ਤੁਸੀਂ ਸੋਚਿਆ, ਇਹ ਰੀਜ਼ਨ ਕੁਛ ਨਹੀਂ, ਦੂਸਰਾ ਰੀਜ਼ਨ ਬੋਲੋ ਆਪਣਾ। ਅੱਛਾ ਦੂਸਰਾ ਰੀਜ਼ਨ ਹੁਣ ਮੈਂ ਤੁਹਾਨੂੰ ਦੱਸਣਾ ਕਿ ਮੈਂ ਉਹ ਤੁਹਾਡੀ ਵੀਡੀਓ ਆ ਜਿਹੜੀ ਹੈ ਨਾ ਓਨਰ ਆਪਰੇਟਰ ਵਾਲੀ, ਇਹ ਮੈਂ ਵੇਖੀ। ਓਨਰ ਆਪਰੇਟਰ ਕਾਮਯਾਬ ਨਹੀਂ ਹੋਣਾ ਤੁਹਾਡੇ ਕੇਸ 'ਚ, ਮੈਂ ਉਹਦਾ ਰੀਜ਼ਨ ਦੱਸਦਾ ਕਿਉਂ ਨਹੀਂ ਹੋਣਾ। ਹਾਂ ਨਹੀਂ ਉਹ ਮੈਨੂੰ ਵੀ ਪਤਾ ਹੈ, ਉਹਦਾ ਮੈਂ ਰੀਜ਼ਨ ਦੱਸ ਦੇਣਾ, ਕਿਉਂਕਿ ਓਨਰ ਆਪਰੇਟਰ ਦਾ ਕਨਸੈਪਟ ਸਿਰਫ ਇੰਨਾ ਹੀ ਹੈ ਕਿ ਤੁਹਾਡੇ ਮਨ 'ਚ ਕੋਈ ਖਾਸ ਇੱਕ ਐਂਟਰਪ੍ਰੋਨਰਲ ਆਈਡੀਆ ਹੈ, ਤੁਸੀਂ ਖਾਸ ਜਾ ਕੇ ਕੰਪਨੀ ਖੋਲਣੀ ਹੈ, ਜਾਂ ਕੋਈ ਸੋਫਟਵੇਅਰ, ਜਾਂ ਕੋਈ ਆਰਕੀਟੈਕਚਰ, ਮਤਲਬ ਕੋਈ ਇੱਕ ਬਹੁਤ ਯੂਨੀਕ ਚੀਜ਼ ਕਰਨੀ ਹੈ ਜਿਹੜੀ ਕਿ ਤੁਸੀਂ ਆਓਗੇ ਖੋਲੋਗੇ, ਉਹ ਤੁਹਾਡੇ ਬਗੈਰ ਨਹੀਂ ਹੋ ਸਕਦੀ। ਜਿੱਦਾਂ ਮੈਂ ਪਹਿਲਾਂ ਐਗਜ਼ਾਮਪਲ ਦਿੱਤਾ ਸੀ ਸੋਫਟਵੇਅਰ ਇੰਜੀਨੀਅਰ ਦਾ, ਕਿ ਬਈ ਉਹਨਾਂ ਦੇ ਬਗੈਰ, ਉਹਨਾਂ ਦੇ ਦਿਮਾਗ ਦੇ ਆਈਡੀਆ ਦੇ ਬਗੈਰ ਉਹ ਕੰਪਨੀ ਨਹੀਂ ਚੱਲ ਸਕਦੀ, ਇਸ ਕਰਕੇ ਉਹਨਾਂ ਨੂੰ ਮਿਲਦਾ। ਲੇਕਿਨ ਤੁਹਾਡੇ ਕੇਸ 'ਚ ਇੱਦਾਂ ਦਾ ਤੁਹਾਡੇ ਕੋਲ ਕੋਈ ਆਈਡੀਆ ਨਹੀਂ ਹੈ ਜਿਹੜਾ ਤੁਸੀਂ, ਇੱਕ ਤਾਂ ਪਹਿਲੀ ਗੱਲ ਤਾਂ ਵੀ ਡੋਂਟ ਹੈਵ ਐਜੂਕੇਸ਼ਨ, ਐਜੂਕੇਸ਼ਨ ਨਹੀਂ ਹੈ ਕਿ ਉਸ ਚੀਜ਼ ਨੂੰ, ਇਲੈਕਟ੍ਰੀਕਲ ਜਿਹੜਾ ਵੀ ਟ੍ਰੇਡ ਹੈ, ਜਿਹੜਾ ਵੀ ਤੁਹਾਡੇ ਕੋਲ ਐਕਸਪੀਰੀਅੰਸ ਹੈ, ਉਸ ਤਰ੍ਹਾਂ ਦਾ ਬਿਜ਼ਨਸ ਤੁਸੀਂ ਕਰ ਨਹੀਂ ਸਕੋਗੇ, ਕਿਉਂਕਿ ਤੁਹਾਡੇ ਕੋਲ ਆਪਣੀ ਹੀ ਕੁਆਲੀਫਿਕੇਸ਼ਨ ਨਹੀਂ ਹੈ ਉਹ ਕੰਮ ਕਰਨ ਦੀ। ਹਾਂਜੀ ਸਹੀ ਗੱਲ ਹੈ, ਇਸ ਕਰਕੇ ਓਨਰ ਆਪਰੇਟਰ ਤੁਹਾਡੇ ਕੇਸ 'ਤੇ ਉਹ ਕਾਮਯਾਬ ਨਹੀਂ ਹੋ ਸਕੇਗਾ। ਹਾਂਜੀ ਸਹੀ ਗੱਲ ਹੈ। ਅੱਛਾ ਉਹ ਇਹੀ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹ ਰਿਹਾ ਹਾਂ ਕਿ ਮੈਂ ਜਦੋਂ ਹੁਣ ਫੋਰ ਐਗਜ਼ਾਮਪਲ ਮੈਂ ਜਦੋਂ ਇੰਡੀਡ ਤੇ ਜਾਂ ਜੋਬ ਬੈਂਕ ਜਾਂ ਹੋਰਾਂ ਪਰਾਂ ਦੇ ਉੱਤੇ ਐਵੇਂ ਹੀ ਸਰਚ ਮਾਰ ਕੇ ਚੈੱਕ ਕਰਦਾ ਸਾਂ ਕਿ ਮਤਲਬ ਉੱਥੇ ਇੱਕ ਇੰਪਲੋਇਰ ਨੂੰ ਆਪਣੇ ਉਹ ਜਿਹੜਾ ਬੰਦਾ ਲੱਭਦਾ ਫਿਰਦਾ ਉਹਦੇ ਵਿੱਚ ਕੀ ਕੀ ਚੀਜ਼ਾਂ ਚਾਹੀਦੀਆਂ, ਉਹ ਉੱਥੇ ਦੇ ਹਿਸਾਬ ਨਾਲ ਮੇਰੇ ਕੋਈ ਨਹੀਂ ਹੈ। ਫੋਰ ਐਗਜ਼ਾਮਪਲ ਮੈਂ ਉਹ ਓਨਰ ਆਪਰੇਟਰ ਜਾਂ ਇੰਟਰਪ੍ਰੀਨਰ ਦਾ ਵੀ
ਕੰਮ ਕਰ ਲੈਂਦੇ ਹਾਂ, ਇੰਨੇ ਪੈਸੇ ਵੀ ਲਾਉਂਦੇ ਹਾਂ, ਮੇਰੇ ਕੋਲ ਉੱਥੇ ਦੀ ਐਜੂਕੇਸ਼ਨ ਜਾਂ ਉੱਥੇ ਦੀ ਕੁਆਲੀਫਿਕੇਸ਼ਨ ਨਹੀਂ ਹੈ, ਤੇ ਮੈਂ ਕਿਸ ਤਰ੍ਹਾਂ ਕਾਮਯਾਬ ਹੋਵਾਂਗਾ? ਤੇ ਰੈੱਡ ਕਾਰਪੇਟ ਤੇ ਮੇਰਾ ਵੇਟ ਕਰ ਨਹੀਂ ਰਿਹਾ ਕਿ ਭਾਈ ਸਾਹਿਬ ਆ ਰਹੇ ਨੇ, ਤੇ ਰੈੱਡ ਕਾਰਪੇਟ ਵਿਛਾਓ ਜੀ। ਠੀਕ ਹੈ। ਸਹੀ ਹੈ ਨਾ? ਸੋ ਅਲਟੀਮੇਟਲੀ ਬਾਦਲ ਸਾਹਿਬ ਐਕਚੁਅਲੀ ਘੁੰਮ ਫਿਰ ਕੇ ਜਿੱਥੋਂ ਮਰਜ਼ੀ ਤੁਸੀਂ ਕੰਨ ਫੜ ਲਓ, ਗੱਲ ਤੁਹਾਡੀ ਸਟੂਡੈਂਟ ਵੀਜ਼ਾ ਤੋਂ ਹੀ ਹੁੰਦੀ ਹੈ। ਸਟੂਡੈਂਟ ਵੀਜ਼ਾ ਦੇ ਬਗੈਰ ਤੁਹਾਡੀ ਸਿਚੁਏਸ਼ਨ ਵਿੱਚ ਕੋਈ ਹੋਰ ਸਕੀਮ ਕਾਮਯਾਬ ਨਹੀਂ ਹੋਣੀ, ਸਹੀ। ਕੋਈ ਹੁਣ ਸਕੀਮ ਕਾਮਯਾਬ ਨਹੀਂ ਹੋਣੀ, ਨਾ ਟੂਰਿਸਟ ਵੀਜ਼ਾ, ਨਾ ਕੋਈ ਅੰਟਰਪ੍ਰਨਰ ਵੀਜ਼ਾ, ਨਾ ਇਨਵੈਸਟਰ ਵੀਜ਼ਾ, ਨਾ ਮੈਰਿਜ ਵੀਜ਼ਾ, ਨਾ ਫੈਮਿਲੀ ਵੀਜ਼ਾ, ਨਾ ਹਿਊਮੈਨੀਟੇਰੀਅਨ ਵੀਜ਼ਾ, ਨਾ ਰੈਫਿਊਜੀ ਵੀਜ਼ਾ, ਕੁਛ ਨਹੀਂ ਕਾਮਯਾਬ ਹੋਣਾ। ਓਨਲੀ ਸਟੂਡੈਂਟ, ਸਟੂਡੈਂਟ ਲਈ ਤੁਸੀਂ ਆਪਣੀ ਆਪਣੀ ਕਵਰ ਕਸੋ ਤੇ ਹਾਂ। ਆਪਣੇ ਡਾਕੂਮੈਂਟ ਤਿਆਰ ਕਰੋ। ਅੱਛਾ, ਤੇ ਮਤਲਬ ਤੁਸੀਂ ਥੋੜ੍ਹਾ ਜਿਹਾ ਇੱਕ ਵਾਰੀ ਰਿਪੀਟ ਕਰ ਦਿਓ ਜੇ, ਤੇ ਉਹ ਮੈਂ ਹੁਣ ਇਹਨੂੰ ਤਕਰੀਬਨ ਅਗਲੇ 6 ਮਹੀਨੇ ਸਾਲ 2 ਸਾਲ ਲਈ ਗੱਲਾਂ ਸੁਣਨੀਆਂ ਤੁਹਾਡੀਆਂ, ਤੇ ਮੈਂ ਉਹ ਟਾਰਗੇਟ ਇਨਸ਼ਾਅੱਲਾ ਜੀ ਪੂਰੇ ਕਰਾਂਗਾ, ਤੇ ਉਹ ਜਿੱਦਣ ਤੁਸੀਂ ਮੇਰੀ ਫਾਈਲ ਲਾਓਗੇ ਤੁਹਾਨੂੰ ਮੈਂ ਚੀਜ਼ਾਂ ਪੂਰੀਆਂ ਫਿਰ ਦਿਆਂਗਾ। ਮੈਂ ਇਹ ਇਹ ਦੇਖੋ ਦੇਖੋ ਇਹਦੇ ਵਿੱਚ 2 ਸਾਲ ਵੀ ਨਹੀਂ ਲੱਗਣੇ ਨਹੀਂ ਹੈ। ਦੇਖੋ ਮੈਂ ਤੁਹਾਨੂੰ ਦੱਸ ਰਿਹਾ, ਅਗਰ ਜੇ ਮੈਂ ਆਪਣੇ ਆਪ ਨੂੰ ਤੁਹਾਡੇ ਪੋਜੀਸ਼ਨ ਵਿੱਚ ਰੱਖ ਕੇ ਸੋਚਾਂ, ਸਭ ਲੈਟਸ ਸੇ, ਠੀਕ ਹੈ, ਇਫ ਆਈ ਐਮ ਮਿਸਟਰ ਬਾਜਵਾ, ਮੈਂ ਬਾਜਵਾ ਤੇ ਮੈਂ ਕੀ ਕਰਾਂਗਾ ਅੱਜ ਤੋਂ ਹੀ? ਚਾਰ ਇੱਕ ਫਾਈਲ ਬਣਾਓ ਆਪਣੀ, ਫਾਈਲ ਵਿੱਚ ਚਾਰ ਚਾਰ ਉਹਦੇ ਵਿੱਚ ਲਾਈਨਾਂ ਰੱਖੋ ਕਿ ਵੀ ਚਾਰ ਹੈਡਿੰਗ ਹੈ ਫਾਈਲ ਦੇ। ਨੰਬਰ ਵਨ, ਨੰਬਰ ਵਨ ਤੁਹਾਨੂੰ ਇੰਗਲਿਸ਼ ਦਾ ਸਕੋਰ ਚਾਹੀਦਾ ਹੈ, ਹਾਈ ਟੂ ਹਾਈ 7 ਹੈ, ਬਹੁਤ ਵਧੀਆ। ਜੇ 7 ਤੋਂ ਹਾਈ ਆ ਜਾਏ ਤਾਂ ਵੀ ਬਹੁਤ, ਉਸ ਤੋਂ ਵੀ ਵਧੀਆ, ਠੀਕ ਹੈ। ਨੰਬਰ ਵਨ ਇੰਗਲਿਸ਼, ਇੰਗਲਿਸ਼ ਦਾ ਸਕੋਰ ਜਿਹੜਾ ਤੁਸੀਂ ਲੈਣਾ ਹੈ ਉਹ ਐਕੇਡਮਿਕ ਲੈਣਾ ਹੈ, ਜਨਰਲ ਨਹੀਂ ਲੈਣਾ। ਉਹ ਸਕੋਰ ਦੀ ਜਿਹੜੀ ਵੈਲਿਡਿਟੀ ਹੈ ਉਹ 2 ਸਾਲ ਤੱਕ ਰਹਿੰਦੀ ਹੈ, ਸਹੀ। 2 ਸਾਲ ਤੱਕ ਉਹ ਸਕੋਰ ਵੈਲਿਡ ਰਹੇਗਾ, ਐਕਸਪਾਇਰ ਨਹੀਂ ਕਰੇਗਾ, ਨੰਬਰ ਵਨ। ਦੂਸਰਾ, ਆਪਣੀ ਜਿਹੜੀ ਜੋ ਬੈਂਕ ਸਟੇਟਮੈਂਟ ਆਪਣੀ ਸਾਰੀ ਖੋਲ੍ਹ ਕੇ ਦੇਖੋ, ਬੈਂਕ ਸਟੇਟਮੈਂਟ ਵਿੱਚ ਤੁਹਾਡੇ ਕੋਲ ਕਿੰਨੇ ਪੈਸੇ ਹੈ? ਜਿਸ ਵਕਤ ਵੀ ਤੁਸੀਂ ਸਟੂਡੈਂਟ ਵੀਜ਼ਾ ਫਾਈਲ ਲਾਓਗੇ, ਪਿਛਲੀ 6 ਮਹੀਨੇ ਦੀ ਬੈਂਕ ਸਟੇਟਮੈਂਟ ਵੀਜ਼ਾ ਅਫਸਰ ਨੇ ਦੇਖਣੀ ਹੈ। ਦੈਟ ਮੀਨਸ ਕਿ ਪਿਛਲੇ 6 ਮਹੀਨੇ ਦੇ ਦੌਰਾਨ ਤੁਹਾਡੇ ਕੋਲ ਮਿਨੀਮਮ, ਮੈਂ ਸਮਝਦਾ ਕਿ $30,000 ਦਾ ਟਾਰਗੇਟ ਲੈ ਕੇ ਚਲੋ। $30,000 ਤੁਸੀਂ ਇਕੱਠੇ ਨਹੀਂ ਪਾ ਦੇਣਾ, ਤੁਸੀਂ ਹੌਲੀ ਹੌਲੀ ਕਰਕੇ, ਅੱਜ ਮਤਲਬ 2,000, 3,000, 5,000, ਇਸ ਤਰ੍ਹਾਂ ਕਰ ਕਰਕੇ ਆਪਣੀ 6 ਮਹੀਨੇ ਤੱਕ ਆਪਣੀ ਤੁਸੀਂ ਇਨਕਰੀਜ਼ ਕਰੋ ਇੱਕ ਸਟੇਟ ਡਾਲਰਸ। ਤੀਸਰੀ ਚੀਜ਼ ਹੈ ਕਿ ਤੁਸੀਂ ਆਪਣੇ 12ਵੀਂ ਦਾ ਜਿਹੜਾ ਓਪਨ ਸਕੂਲ ਹੈ ਉਹ ਇਮੀਡੀਏਟਲੀ ਕੱਲ੍ਹ ਤੋਂ ਹੀ ਆਪਣਾ ਸਟਾਰਟ ਕਰੋ, ਮਤਲਬ ਕਿ ਇੱਕ ਦਿਨ ਵੀ ਡਿਲੇ ਨਹੀਂ ਕਰਨੀ। ਉਹ ਜਨਵਰੀ ਦੇ ਵਿੱਚ ਉਹਨਾਂ ਦੇ ਐਡਮਿਸ਼ਨ ਖੁੱਲਣੇ ਨੇ ਹੁਣ, ਉਹ ਓਪਨ ਯੂਨੀਵਰਸਿਟੀ ਦੇ, ਤੇ ਉਹਦੇ ਵਿੱਚ ਮੈਂ ਮਤਲਬ ਆਫਟਰ 2 ਵੀਕਸ ਮੈਂ ਉਹਦੇ ਵਿੱਚ ਐਡਮਿਸ਼ਨ ਲੈ ਲੈਣਾ। ਹਾਂ ਲੈ ਲਓ, ਮਤਲਬ ਕਿ ਇੱਕ ਤਾਂ ਤੁਸੀਂ ਪਾਕਿਸਤਾਨ ਦਾ ਦੇਖ ਲਿਆ, ਹੋ ਸਕਦਾ ਕਿ ਮਲੇਸ਼ੀਆ ਹੀ ਤੁਹਾਡਾ ਕੋਈ ਓਪਨ ਸਕੂਲ ਦੇਖ ਲਓ, ਇੱਥੇ ਵੀ ਸ਼ਾਇਦ ਕੁਛ ਹੋ ਜਾਏ, ਵਿਚ ਆਈ ਡੋਂਟ ਨੋ, ਇਹ ਪਤਾ ਕਰੋ ਆਪਣੇ ਆਪ, ਪਤਾ ਕਰੋ ਕਿ ਬਈ ਹੋ ਸਕਦਾ ਕਿ ਉਸ ਤੋਂ ਪਹਿਲਾਂ ਹੋ ਜਾਏ। ਇਹ ਜ਼ਰੂਰੀ ਨਹੀਂ ਤੁਸੀਂ ਪਾਕਿਸਤਾਨ ਕਿਸੇ ਹੋਰ ਕੰਟਰੀ, ਤੁਸੀਂ ਇੰਡੀਆ ਦਾ ਦੇਖ ਲਓ, ਤੁਸੀਂ ਮਲੇਸ਼ੀਆ ਦਾ ਦੇਖ ਲਓ, ਤੁਸੀਂ ਸਿੰਗਾਪੁਰ ਦਾ ਦੇਖ ਲਓ, ਹਾਂਗਕਾਂਗ ਦੇਖ ਲਓ, ਤੁਹਾਨੂੰ 12ਵੀਂ ਦਾ ਸਰਟੀਫਿਕੇਟ ਚਾਹੀਦਾ ਹੈ। ਦੁਨੀਆ ਭਰ ਕਿਸੇ ਵੀ ਕੰਟਰੀ ਤੋਂ ਮਿਲਦਾ ਹੈ, ਵੀ ਡੋਂਟ ਕੇਅਰ, ਦੇ ਡੋਂਟ ਹਾਂ, ਕੈਨੇਡਾ ਡਸਟ ਕੇਅਰ। ਕਿਉਂਕਿ ਮੈਂ ਤੁਹਾਡੀ ਇੱਕ ਵੀਡੀਓ ਵੇਖੀ ਸੀ ਕਿ ਇੰਡੀਆ ਤੋਂ ਮਤਲਬ ਮੁੰਡੇ ਨੇ ਤੁਹਾਨੂੰ ਪੁੱਛਿਆ ਸੀ ਕਿ ਓਪਨ ਜਿਹੜੇ ਸਕੂਲ ਨੇ ਉਹਨਾਂ ਦਾ ਵੀਜ਼ਾ, ਸੌਰੀ, ਉਹਨਾਂ ਦਾ ਦੈਟਸ ਜਿਹੜੀ ਰਾਈਟ, ਡਿਗਰੀ ਹੈ ਉਹ ਐਕਸੈਪਟਿਡ ਹੁੰਦੀ ਹੈ ਕਿ ਨਹੀਂ, ਤੁਸੀਂ ਕਿਹਾ ਸੀ ਇਹ ਕਿਹੜੇ ਲਾਅ 'ਚ ਲਿਖਿਆ ਹੈ ਕਿ ਨਹੀਂ ਹੁੰਦੀ? ਬਿਲਕੁਲ ਬਿਲਕੁਲ ਬਿਲਕੁਲ, ਇਹ ਲੋਕਾਂ ਨੇ ਇੱਦਾਂ ਦਾ ਇੱਕ ਵਹਿਮ ਬਣਾ ਲਿਆ ਕਿ ਬਈ ਜੀ ਓਪਨ ਸਕੂਲ ਜੀ ਹੈ ਉਹ ਵੀਜ਼ਾ ਨਹੀਂ ਮਿਲਦਾ। ਮੈਂ ਕਿਹਾ ਵੀ ਇਹ ਗੱਲ ਇੱਦਾਂ ਨਹੀਂ ਕਿ ਵੀਜ਼ਾ ਨਹੀਂ ਮਿਲਦਾ, ਗੱਲ ਇਹ ਹੈ ਕਿ ਤੁਸੀਂ ਪ੍ਰੂਵ ਕਰੋ ਕਿ ਤੁਸੀਂ ਸੀਰੀਅਸ ਸਟੂਡੈਂਟ ਹੋ ਵੀ ਕਿ ਨਹੀਂ। ਹਾਂ ਸਹੀ। ਉਹ ਬੰਦਾ, ਉਹ ਮੈਨੂੰ ਯਾਦ ਹੈ ਉਹ ਕੇਸ ਕੁਛ ਹੋਰ ਸੀ ਐਕਚੁਅਲੀ, ਕਿਉਂਕਿ ਉਹ ਮਤਲਬ ਕਿ ਉਹ ਮਤਲਬ ਫੇਲ ਹੋ ਚੁੱਕਾ, ਰੈਗੂਲਰ ਸਕੂਲ 'ਚ 2-3 ਵਾਰ ਫੇਲ ਹੋ ਗਿਆ ਸੀ ਮੇਰੇ ਖਿਆਲ, ਇਸ ਤਰ੍ਹਾਂ ਕੋਈ ਪ੍ਰੋਬਲਮ ਸੀ ਸ਼ਾਇਦ, ਸਹੀ ਸੋ ਇਸ ਕਰਕੇ ਉਹ ਕੁਛ ਹੋਰ ਗੱਲ। ਐਨੀਵੇ, ਸੋ ਤੁਸੀਂ ਤੁਹਾਡੇ ਕੇਸ 'ਚ ਤੁਸੀਂ ਆਪਣੀ 12ਵੀਂ ਦਾ ਸਰਟੀਫਿਕੇਟ ਲਓ, ਐਨੀ ਫਰੋਮ ਐਨੀ ਵੇਅਰ ਇਨ ਦ ਵਰਲਡ, ਡਜ਼ ਨਾਟ ਮੈਟਰ, ਭਾਵੇਂ ਤੁਹਾਨੂੰ ਇੰਡੀਆ ਇੰਡੀਆ ਮਿਲ ਜਾਏ ਤਾਂ ਇੰਡੀਆ ਤੋਂ ਲੈ ਲਓ, ਡਸ ਓਕੇ। ਸੋ ਉਹਦੇ ਜਿਹੜਾ ਚੌਥੀ ਰਿਕੁਆਇਰਮੈਂਟਸ ਹੈ ਉਹ ਹੈ ਕਿ ਕੱਲ੍ਹ ਤੋਂ ਹੀ ਕੋਈ ਨਾ ਕੋਈ ਛੋਟਾ ਮੋਟਾ ਕੋਰਸ, ਛੋਟੀ ਮੋਟੀ ਟ੍ਰੇਨਿੰਗ ਜਾਂ ਕੁਛ ਨਾ ਕੁਛ ਮਲੇਸ਼ੀਆ ਤੋਂ ਜ਼ਰੂਰ ਤੁਸੀਂ ਕਰਨਾ ਸ਼ੁਰੂ ਕਰੋ। ਜਿੱਥੋਂ ਵੀ ਮਤਲਬ ਕਿ ਅਗਰ ਜੇ ਮਲੇਸ਼ੀਆ ਵਾਲੇ ਕਹਿੰਦੇ ਕਿ 12ਵੀਂ ਦੇ ਬਗੈਰ ਨਹੀਂ ਦੇ, ਉਹਨਾਂ ਨੂੰ ਤੁਸੀਂ ਕਹਿ ਦਿਓ ਕਿ ਮੈਂ ਛੋਟਾ ਕੋਈ ਅਸਿਸਟੈਂਟ ਕੋਰਸ ਕਰ ਲਾਂਗਾ। ਗੱਲ ਇੱਦਾਂ ਹੈ ਕਿ ਵੀ ਤੁਸੀਂ ਆਪਣੀ ਪੜ੍ਹਾਈ ਦਾ ਇੱਕ ਰਿਕਾਰਡ ਕਾਇਮ ਕਰੋ ਕਿ ਵੀ ਤੁਹਾਡੀ ਪੜ੍ਹਾਈ ਚੱਲ ਰਹੀ ਹੈ, ਕੁਛ ਸਹੀ ਤੁਹਾਡੇ ਟ੍ਰੇਡ 'ਚ ਚੱਲ ਰਹੀ, ਮਤਲਬ ਇਲੈਕਟ੍ਰੀਕਲ ਟ੍ਰੇਡ। ਇਹ ਚਾਰੋਂ ਚੀਜ਼ਾਂ ਤੁਸੀਂ ਕਰਨਾ ਸ਼ੁਰੂ ਕਰੋ, ਮੇਰਾ ਖਿਆਲ ਹੈ ਕਿ ਤੁਸੀਂ 6 ਮਹੀਨੇ ਬਾਅਦ ਆਪਾਂ ਸਾਡਾ ਪ੍ਰੋਡਕਟ ਤਿਆਰ ਹੋ ਜਾਏਗਾ। ਨਹੀਂ ਤੇ ਮਤਲਬ 6 ਮਹੀਨੇ ਦੇ ਵਿੱਚ, ਫਾਰ ਐਗਜ਼ਾਮਪਲ ਜੇ ਅਜੇ ਉਹ ਓਪਨ ਯੂਨੀਵਰਸਿਟੀ ਨੇ ਮੈਨੂੰ ਅਜੇ 12ਵੀਂ ਦੀ ਡਿਗਰੀ ਨਾ ਦਿੱਤੀ, ਤੇ ਫੇਰ ਤਾਂ ਨਹੀਂ ਨਾ ਹੋ ਸਕਦਾ? ਹਾਂ ਨਹੀਂ, ਫਿਰ ਦੇਖੋ, ਹਾਂ 12ਵੀਂ ਦਾ ਚਾਹੀਦਾ ਹੀ ਚਾਹੀਦਾ, ਹਾਂ 12ਵੀਂ ਤੋਂ ਵੱਡਾ। ਮੈਂ ਮਤਲਬ ਮੈਂ ਦੇਖੋ ਇਸ ਤਰ੍ਹਾਂ ਹੈ ਕਿ ਮੈਨੂੰ ਪਤਾ ਨਹੀਂ ਪਾਕਿਸਤਾਨ ਦਾ ਕੀ ਹੈ, ਲੇਕਿਨ 12ਵੀਂ ਦਾ
कई था, क्यों मेरा मेरे को एक्सपीरियंस नहीं है कि 12वीं दा इंडिया किस तरह लेंदे लोग, लेकिन मैनू शायद लगदा कि भई तुसी डायरेक्टली ओपन एग्जामिनेशन डायरेक्टली जाके तुसी अपना जरा विदाउट अटेंडिंग कोर्सेस तुसी अगर एग्जामिनेशन पास कर लोगे तो वो 12वीं दे देंगे, इस तरह का कुछ है। तुसी पता करो, कोई खोजबीन सही करो, इन्वेस्टिगेशन करो कि किस तरह मिल सकती है। सही तो ते सर्टिफिकेट चाहिए, तो तुसी अटेंड कर रहे हो नहीं कर रहे हो, किन्ना चिर रह के तुसी, 1 साल लग गया लगे, वी डोंट केयर, नोबडी केयर्स। जरा कनेडियन जरा कॉलेज है उन्होंने तो देखना कि तुहाडे कोल 12वीं का सर्टिफिकेट है कि नहीं है, दैट इज ऑल दे नीड। सही तो करते करते 10 साल लग गए, 2 साल लग गए, दे डोंट केयर, 12वीं का सर्टिफिकेट पर बस यही यही चाहिए, और कुछ नहीं। सही ये तुसी करो ते स्टूडेंट वीजा फाइल लगेगी, वही तुहाडे एक एक तुहाडे किस्मत दे गेट खुलने हैं। ओ एक हुण थोड़ा जिहा मैं ना एक होर थोड़ी जी गल जे तुसी मतलब बोर ना होवो ते तुहाडा टाइम ना जाया होवे ते मैं तुहानूं थोड़ी जी होर एक दो गल सुनावां। हाँ आ सुनाओ सुनाओ। अच्छा ओ हुण तुसी शायद दिल च बाद सोचो या बाद च सोचोगे कि यार ये भाई यार नूं की मुसीबत आई है कि मतलब ये चंगा भला आंदे ने कि मेरा मलेशिया च गुजारा होण डिया, मेरे बीवी बच्चे इत्थे ने, ते फिर इन्हां नूं की मुसीबत आई है कि ये जनाब कनेडा का सोचने लग पे ने, कोई रेड कारपेट से इन्हों का वेट कर नहीं रहा। सही है ना, तुम शायद ये सोचो या कोई भी बंदा सोचे नहीं तो कुछ मैं मैं दस मैं नहीं सही सोचना तो बात है, हर एक नु लगता है कि कनाडा की तरक्की करा, मैं समझ रहा इस चीज नु, हर है एक ना। भावे वो कुछ भी करे। मेरे को तो कई इस तरह के केसेस है जेड़े काफी बहुत ही हाई तनख्वाह ले रहे हैं दुबई वाला, फिर भी वो कहते वो तनख्वाह छट के आते हैं। सो मैं उस बारे सोचता नहीं। हाँ जी, क्योंकि वो तुम दस ना कि मैं 9 साल मनु ए वे कि मैं सीधी गल करना, मेरे को सिर्फ रेसिपी नहीं है लेकिन मैनू पता है कि मैं अपनी फील्ड के प्रोफेशनल हाँ, ठीक है ना जी, तो मैं अच्छा गुजारा मेरा चलद पिया, सही बेहतरीन लाइफ स्टाइल इतने मेरा चलता है पिया, बाल बच्चे ने असी यहाँ वेखन से बाहर खाने घूमने फिरने हैं, सही मजे की लाइफ गुजारने पे, ठीक है जी। दो चीज़ा आई ने इतने अगे मेरे ना पिछले 1 साल तो, यह सारा जरा इनकलाब आया ना ये सारा पिछले 1 साल तो आया मैनू, उस तो पहला सब ठीक सी। एक के बच्चे मेरे बेटा पैदा होया इतने हॉस्पिटल के बच्चे, तो जाहरी गल है कैनेडा या अमेरिका है जिथे भी ये फॉरनर जेड़ा है या जेड़ा नेशनल सिटीजन नहीं वो ज्यादा ही पे करता है, भावें पढ़ाइया ने भावें इलाज है भावें हॉस्पिटल भावें कुछ भी है, ठीक है ना जी, वो ज्यादा पे करता है। और उही जनाब जरा लोकल है वो $100 और डिलीवरी का मतलब पे किया उन्हें, तो मैं उत्थे जरा वे जनाब $7,000 पे किया है, ट्रीटमेंट सेम आई मैं थोड़ा जहा उतों भी थोड़ा जहा इनकलाब आया कि यार इन्ने पैसे दे के सानू इतने की सिटीजनशिप भी नहीं मिलनी, मैं फॉरनर ही रहना 10 साल बाद 20 साल बाद, मेरा जरा मुंडा वे बेटा है वो होंगे वो 14 साल का वो इतने सिटीजन हो जाएगा मलेशियन या कि PR हो जाए या कुछ भी हो जाए, मैं उ रहा दूसरे नंबर के उत्ते इन्हों नू एक अच्छा माहौल मिले कि जिथे ये थोड़ा जा जे ये पहुंच सकते हो तो ये अपने घोड़े दड़ान जो कि इन्हों को मैदान होए कि अपने घोड़े दड़ा के जे वो जिम्मे आखिर कुछ बनना चाहते हो तो तुम बन सकते हो, ठीक है ना, क्योंकि बहुत सारे मतलब हम जे असी बाहर रहने तुम यूएसए या जेड़े भी साढ़ा थोड़ा जहा लाइफ स्टाइल इस तरह का हो गया कि सानू अपने पिंड जेड़े ने हकीकता ने कि पिंड चंगे लगते ने, साल 2 साल बाद तुसी दिल्ली जाते हो मैं अपने पिंड जाना वा, मेरा ननकाणा साहब के नाल मतलब शाहकोट का नाम तुसा सुनिया होएगा, हाँ जी हाँ जी उत्थे मेरा पिंड है, ठीक है जी, तेरा लाइफ स्टाइल इंदा बन गया कि सानू 2 साल 2 साल बाद पिंड चंगे लगते ने लेकिन असी पक्के उत्थे रह नहीं सकते, ठीक है, जो फैसिलिटियां दे असी आदी हो चुके हैं, समझ दे। तो इस करके सारियां गल्लां आईयां कि मैं थोड़ा जिहा करांगा कि जिहदी वजह तो मेरे जिहड़े बच्चे ने इन्हां नूं एक थोड़ा जिहा मतलब एक मैदान मिलेगा कि जे कुछ कर सकदे होए ते करनगे, ठीक है ना जी। ठीक है समझ गया, समझ नहीं, दैट्स ओके, मैं समझ सकता हूँ उसके, दैट्स ओके, अपना ऑब्जेक्टिव सही है, तुहाडा प्लान प्लान मैं तुहानू दसदा कि भाई इस प्लान नाल तो तुसी कामयाब हो जाओगे, सिर्फ तुसी ये स्टेप लेना शुरू करो, इंशाल्लाह के विद इन 6 मंथ्स तुसी अपनी मंजिल तक पहुंचोगे। सही और तुहाडी फाइल मैं लाऊंगा, कोई गल नहीं, तुहाडी स्टडी वीजा फाइल लाऊंगा, वैनकूवर आइलैंड यूनिवर्सिटी नहीं, किसी होर यूनिवर्सिटी देखांगे, कोई छोटा कॉलेज देखांगे जिथे इलेक्ट्रिकल कोर्स तुहाडे लिए होए,
ਵੈਨਕੂਵਰ ਏਰੀਆ ਮਹਿੰਗਾ ਏਰੀਆ, ਉੱਥੇ ਜ਼ਿਆਦਾ ਪੈਸੇ ਤੁਹਾਡੇ ਲੱਗ ਜਾਂਦੇ। ਹੋਰ ਵੀ ਬੜੇ ਹੋਰ ਵੀ ਕਾਲਜ ਹੈ ਇੱਥੇ ਛੋਟੇ ਜਿਹੜੇ ਉੱਥੇ ਤੁਹਾਡਾ ਮੇਰੇ ਖਿਆਲ ਅੱਧੀ ਕੀਮਤ 'ਚ ਕੰਮ ਤੁਹਾਡਾ ਹੋ ਸਕਦਾ ਟਿਊਸ਼ਨ ਫੀਸ ਵਾਲਾ। ਸੋ ਜ਼ਰੂਰੀ ਨਹੀਂ ਕਿ ਵੈਨਕੂਵਰ ਜਾਓ, ਵੈਨਕੂਵਰ ਬਹੁਤ ਹੀ ਮਹਿੰਗੀ ਜਗ੍ਹਾ ਹੈ। ਨਹੀਂ ਉਹ ਤਾਂ ਮੈਂ ਸੋਚਦਾ ਨਹੀਂ, ਉਹ ਤੇ ਇੱਕ ਸਿਰਫ ਮਿਲੇ ਤੇ ਮੈਨੂੰ ਇੱਕ ਉੱਥੋਂ ਕੈਨੇਡਾ ਦਾ ਆਈਡੀਆ ਮਿਲ ਗਿਆ। ਉੱਥੋਂ ਮੈਨੂੰ ਉਸ ਬੂਥ ਦੇ ਉੱਤੋਂ ਸਟਾਰ ਜਿਹੜਾ ਐਜੂਕੇਸ਼ਨ ਫੇਅਰ ਹੈ ਉਹ ਫੇਅਰ ਹੁਣ 15-20 ਦਿਨਾਂ ਨੂੰ ਹੋ ਰਿਹਾ, ਤੇ ਇੱਕ ਹੋਰ ਆ ਰਹੀ ਹੈ ਕਾਲਜ ਇੱਥੇ ਨਾ ਕੈਨੇਡਾ, ਤੇ ਮੈਂ ਚੈੱਕ ਕੀਤਾ ਸੀ ਐਗਜੀਬਿਟਰਾਂ ਦੇ ਵਿੱਚ ਉਹਨਾਂ ਦਾ ਨਾਂ ਸੀ, ਤੇ ਨਹੀਂ ਉੱਥੋਂ ਉੱਥੇ ਮੈਨੂੰ ਇੱਕ ਉੱਥੇ ਆਈਡੀਆ ਮਿਲ ਗਿਆ। ਉੱਥੇ ਸਟਾਰ ਵਾਲਾ ਜੋ ਵੀ ਕੁਛ ਹੈ ਉੱਥੇ ਤੁਹਾਨੂੰ ਪਤਾ ਹੈ ਕਾਲਜਾਂ ਨੇ ਧੰਦਾ ਬਣਾਇਆ ਹੈ, ਜਾ ਕੇ ਹਾਂ ਸਟੂਡੈਂਟ ਰਿਕਰੂਟ ਕਰਦੇ ਹੈ ਕਿਉਂਕਿ ਉਹਨਾਂ ਦੀ ਕਮਾਈ ਹੁੰਦੀ ਹੈ। ਜਿਹੜਾ ਤੁਸੀਂ ਉਹਨਾਂ ਨੇ ਦੱਸਿਆ ਨਾ ਕਿ 16,000 17,000 ਜਿਹੜੀ ਫੀਸ ਹੈ, ਕਰੀਬ ਕਰੀਬ ਹਾਂਜੀ 17,000 ਫੀਸ ਤਾਂ ਤੁਹਾਡੇ ਤੋਂ ਲੈਣੀ ਹੈ। ਜਿਹੜਾ ਅਗਰ ਲੋਕਲ ਅਗਰ ਮੇਰੇ ਵਰਗਾ ਬੰਦਾ ਉੱਥੇ ਜਾਏ ਤਾਂ ਮੇਰੇ ਤੋਂ ਉਹਨਾਂ ਨੇ 3,000 ਲੈਣੀ ਹੈ, 4,000 ਲੈਣੇ ਹੈ। ਸੋ ਹਾਂਜੀ ਇਸ ਤਰ੍ਹਾਂ ਸਹੀ ਗੱਲ ਹੈ। ਇਸ ਤਰ੍ਹਾਂ ਕਮਾਈਆਂ ਕਰਦੇ ਤਾਂ ਉਹਨਾਂ ਦਾ ਦਿਮਾਗ ਤਾਂ ਨਹੀਂ ਖਰਾਬ ਕਿ ਫਲਾਈ ਕਰਕੇ ਕੁਆਲਾਲੰਪੁਰ ਆ ਕੇ ਫੇਅਰ ਲਾਉਂਦੇ ਆ, ਤੁਹਾਨੂੰ ਕਹਿੰਦੇ ਆ ਜਾਓ ਆ ਜਾਓ ਆ ਜਾਓ, ਤਾਂ ਉਹਨਾਂ ਨੂੰ ਪਤਾ ਹੈ ਕਮਾਈਆਂ ਹੁੰਦੀਆਂ ਤਾਂ ਕਰਦੇ। ਇਹ ਮਲੇਸ਼ੀਆ ਸਿੰਗਾਪੁਰ ਵਾਲੇ ਸਾਰੇ ਕਰਦੇ ਹੈ। ਇਹ ਸਿੰਗਾਪੁਰ ਵਾਲੇ ਕਈ ਵਾਰ ਮੈਂ ਦੇਖਿਆ ਸਿੰਗਾਪੁਰ ਵਾਲੇ ਕਈ ਯੂਨੀਵਰਸਿਟੀਆਂ ਦੋ ਤਿੰਨ ਯੂਨੀਵਰਸਿਟੀ ਉਹ ਜਾ ਕੇ ਇੰਡੀਆ ਦਾ ਕਿ ਉਹ ਲਾਉਂਦੇ ਨੁਮਾਇਸ਼ ਕਿ ਵੀ ਆ ਜਾਓ ਆ ਜਾਓ ਆ ਜਾਓ ਕਰੋ। ਮੈਂ ਕਿਹਾ ਵੀ ਤੁਸੀਂ ਜਾ ਰਹੇ ਇੱਥੇ ਤੋਂ ਇੱਥੇ ਤੁਹਾਡੇ ਕੋਲ ਸਕੂਲ ਨਹੀਂ, ਤੁਸੀਂ ਇੱਥੇ ਹੀ ਪੜ੍ਹ ਲਓ। ਉਹ ਨਹੀਂ ਜੀ, ਅਸੀਂ ਤਾਂ ਸਿੰਗਾਪੁਰ ਜਾਵਾਂਗੇ ਜੀ, ਉੱਥੇ MRT ਘੁੰਮਾਂਗੇ ਜੀ, ਰੈਫਲ ਸਿਟੀ ਫਲਾਨਾ ਸਿਟੀ, ਉੱਥੇ ਜਾ ਕੇ ਵਧੀਆ ਜਿਹਾ ਖਾਵਾਂਗੇ। ਉਹ ਗੱਲ ਇੱਦਾਂ ਅਟਰੈਕਸ਼ਨ ਕਰਨ ਦੀ ਹੁੰਦੀ ਹੈ ਕਿ ਵੀ ਉੱਥੇ ਆ ਕੇ ਬਸ, ਇਹ ਇੱਕ ਬਿਜ਼ਨਸ ਹੈ। ਸੋ ਇਟ ਡਜ਼ਨਟ ਮੈਟਰ, ਤੁਸੀਂ ਆਪਣੀ ਪਾਕਟ ਦੇਖਣੀ ਹੈ, ਤੁਸੀਂ ਆਪਣੀ ਜੇਬ ਦੇਖਣੀ ਹੈ, ਐਂਡ ਦੈਟਸ ਆਲ ਵੀ ਹੈਵ ਟੂ ਡੂ। ਇੱਕ ਸੈਕਿੰਡ ਹੋਲਡ ਕਰਨਾ, ਇਹਨੂੰ ਮੈਂ ਬੰਦ ਕਰ ਦਿਆਂ।